ਸਤਿ ਸ਼੍ਰੀ ਅਕਾਲ ਜੀ, ਜਸ ਪੰਜਾਬੀ ਅਤੇ ਪੰਜਾਬ ਬੋਲਦਾ ਵੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਕੁਲਵਿੰਦਰ ਸਿੰਘ ਅਤੇ ਅੱਜ ਅਸੀਂ ਚੰਡੀਗੜ੍ਹ ਦੇ ਸੈਕਟਰ 17 ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵੱਡੇ ਪੱਧਰ ਦੇ ਉੱਤੇ ਵੱਖ ਵੱਖ ਜਥੇਬੰਦੀਆਂ ਮੁਜ਼ਾਹਰਾ ਕਰ ਰਹੀਆਂ ਨੇ। ਮੰਗ ਇਹ ਕੀਤੀ ਜਾ ਰਹੀ ਹੈ ਕਿ ਪੰਜਾਬੀ ਮਾਂ ਬੋਲੀ ਨੂੰ ਚੰਡੀਗੜ੍ਹ ਦੇ ਵਿੱਚ ਬਣਦਾ ਦਰਜਾ ਦਿੱਤਾ ਜਾਵੇ, ਪਹਿਲੀ ਬੋਲ ਭਾਸ਼ਾ ਦਾ ਦਰਜਾ ਮਿਲੇ ਅਤੇ ਨਾਲ ਦੀ ਨਾਲ ਪ੍ਰਸ਼ਾਸਕੀ ਭਾਸ਼ਾ ਦੇ ਤੌਰ ਦੇ ਉੱਤੇ ਵੀ ਪੰਜਾਬੀ ਭਾਸ਼ਾ ਨੂੰ ਲਾਗੂ ਕੀਤਾ ਜਾਵੇ। ਚੰਡੀਗੜ੍ਹ ਪੰਜਾਬੀ ਮੰਚ ਦੇ ਵੱਲੋਂ ਇਸ ਦਾ ਪ੍ਰਬੰਧ ਕੀਤਾ ਗਿਆ, ਜੋ ਮੁਜ਼ਾਹਰਾ ਇੱਥੇ ਰੱਖਿਆ ਗਿਆ। ਇਸ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖਕ ਸਭਾ, ਪ੍ਰੋਗਰੈਸਿਵ ਰਾਈਟਰਸ ਐਸੋਸੀਏਸ਼ਨ ਇਸ ਦੇ ਵਿੱਚ ਸ਼ਾਮਲ ਹੋਏ ਨੇ ਅਤੇ ਤਮਾਮ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ। ਵਿਦਿਆਰਥੀ ਵੀ ਮੌਜੂਦ ਨੇ, ਬਹੁਤ ਸਾਰੀਆਂ ਵੱਖ ਵੱਖ ਜਥੇਬੰਦੀਆਂ ਦੇ ਲੋਕ ਇੱਥੇ ਪਹੁੰਚੇ ਹੋਏ ਨੇ। ਵੱਡੇ ਪੱਧਰ ਦੇ ਉੱਤੇ ਸੰਘਰਸ਼ ਕੀਤਾ ਜਾ ਰਿਹਾ, ਮੰਗ ਇਹ ਕੀਤੀ ਜਾ ਰਹੀ ਹੈ ਕਿ ਪੰਜਾਬੀ ਬੋਲੀ ਨੂੰ ਜਿਹੜਾ ਹੈ ਉਹ ਮਾਣ ਸਤਿਕਾਰ ਚੰਡੀਗੜ੍ਹ ਦੇ ਵਿੱਚ ਮਿਲਣਾ ਚਾਹੀਦਾ ਹੈ, ਕਿਉਂਕਿ ਪੰਜਾਬੀ ਬੋਲਦੇ ਪਿੰਡਾਂ ਦੇ ਵਿੱਚ ਹੀ ਇਸ ਸ਼ਹਿਰ ਨੂੰ ਵਸਾਇਆ ਗਿਆ। ਕਰੀਬ 32,000 ਏਕੜ ਰਕਬਾ ਜਿਹੜਾ ਸੀ ਪੰਜਾਬ ਦੇ 28 ਪਿੰਡਾਂ ਦਾ ਲਿਆ ਗਿਆ ਅਤੇ ਉਸ ਤੋਂ ਬਾਅਦ ਜਦੋਂ ਇਹ ਸ਼ਹਿਰ ਪੂਰੀ ਤਰ੍ਹਾਂ ਦੇ ਨਾਲ ਵਸ ਗਿਆ ਤਾਂ ਮੁੜ ਤੋਂ ਪੰਜਾਬੀ ਭਾਸ਼ਾ ਨੂੰ ਇੱਥੋਂ ਅਣਗੋਲਿਆ ਕਰਨਾ ਸ਼ੁਰੂ ਕਰ ਦਿੱਤਾ ਗਿਆ ਅਤੇ ਅੱਜ ਪੰਜਾਬੀ ਭਾਸ਼ਾ ਜਿਹੜੀ ਹੈ ਉਹ ਇਸ ਖਿੱਤੇ ਦੇ ਵਿੱਚੋਂ ਲਗਾਤਾਰ ਮੁੱਕਦੀ ਜਾ ਰਹੀ ਹੈ। ਮੰਗ ਇਹੀ ਹੈ ਕਿ ਜੇਕਰ ਪੰਜਾਬ ਦੇ ਪਿੰਡਾਂ ਦੇ ਸਿਰ 'ਤੇ ਇਹ ਸ਼ਹਿਰ ਵਸਿਆ ਏ ਤਾਂ ਪੰਜਾਬੀ ਭਾਸ਼ਾ ਇੱਥੋਂ ਦੀ ਪਹਿਲੀ ਭਾਸ਼ਾ ਹੋਣੀ ਚਾਹੀਦੀ ਹੈ ਅਤੇ ਨਾਲ ਦੇ ਨਾਲ ਜੋ ਵੀ ਸਰਕਾਰੀ ਕੰਮਕਾਜ ਨੇ, ਪ੍ਰਸ਼ਾਸਕੀ ਕੰਮਕਾਜ ਨੇ, ਉਹ ਪੰਜਾਬੀ ਭਾਸ਼ਾ ਦੇ ਵਿੱਚ ਹੋਣੇ ਚਾਹੀਦੇ ਨੇ। ਬਹੁਤ ਸਾਰੇ ਬਜ਼ੁਰਗ ਵੀ ਇੱਥੇ ਪਹੁੰਚੇ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਸਤਿ ਸ਼੍ਰੀ ਅਕਾਲ ਬਾਬਾ ਜੀ, ਕੀ ਨਾਮ ਹੈ ਤੁਹਾਡਾ? ਮੇਜਰ ਕਰਨੈਲ ਸਿੰਘ। ਕੀ ਕਹੋਗੇ ਜੀ ਤੁਸੀਂ, ਪੰਜਾਬੀ ਭਾਸ਼ਾ ਦੀ ਮੰਗ ਹੋ ਰਹੀ ਹੈ ਕਿ ਚੰਡੀਗੜ੍ਹ 'ਚ ਪਹਿਲੀ ਭਾਸ਼ਾ ਹੋਣੀ ਚਾਹੀਦੀ ਹੈ, ਕਿਉਂ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਹੋਣ? ਗੱਲ ਹੈ ਜੀ, ਅਸੀਂ ਕਈ ਵਾਰੀ ਜਿਹੜੇ ਸਭ ਤੋਂ ਪਹਿਲੇ ਗਵਰਨਰ ਸੀ ਇੱਥੇ, ਕਾਂਗਰਸ ਦੇ ਹੋਮ ਮਿਨਿਸਟਰ ਰਹੇ ਸੀ, ਉਹਨਾਂ ਨੂੰ ਵੀ ਮਿਲੇ ਸੀ ਇਸੇ ਮਾਮਲੇ 'ਚ ਇੱਕ ਡੈਲੀਗੇਸ਼ਨ ਲੈ ਕੇ, ਅਤੇ ਉਹਨਾਂ ਨੂੰ ਮੈਂ ਇਹ ਸੁਜੈਸਟ ਕੀਤਾ ਸੀ ਵੀ ਬਾਕੀ ਤਾਂ ਗੱਲ ਠੀਕ ਹੈ, ਵੀ ਅੰਗਰੇਜ਼ੀ ਭਾਸ਼ਾ ਇੱਥੇ ਕਿੱਥੋਂ ਆ ਗਈ ਹੈ, ਹਿੰਦੀ ਨੈਸ਼ਨਲ ਲੈਂਗੁਏਜ ਹੈਗੀ ਹੈ, ਐਕਸੈਪਟੇਬਲ ਹੈਗੀ, ਲੇਕਿਨ ਇੱਥੋਂ ਦੀ ਲੈਂਗੁਏਜ ਤੁਸੀਂ ਕਹਿੰਦੇ ਜੀ ਮੈਨੂੰ ਵੀ ਪਤਾ ਨਹੀਂ ਹੈਗਾ, ਪਰ ਮੈਂ ਤੁਹਾਨੂੰ ਅਸ਼ੋਰ ਕਰਦਾ ਹੈਗਾ ਕਿ ਜਿਹੜਾ ਤੁਹਾਡਾ ਪ੍ਰੋਬਲਮ ਹੈਗਾ ਕਿ ਇੱਥੇ ਜਿਹੜਾ ਕੋਈ ਤੁਸੀਂ ਚਿੱਠੀ ਲਿਖੋਗੇ ਤੁਹਾਨੂੰ ਜਵਾਬ ਪੰਜਾਬੀ 'ਚ ਮਿਲੇਗਾ। ਜਿਹੜੇ ਪੰਜਾਬੀ ਉਸ ਵੇਲੇ ਇਹਨਾਂ ਨੇ ਭਰਤੀ ਕਰਨੇ ਸੀ ਕੁਝ ਮੁੰਡੇ ਬੱਸ ਕੰਡਕਟਰ, ਉਹਨਾਂ ਨੂੰ ਪੰਜਾਬ ਦੇ ਨੂੰ ਸੀ ਲੈ ਰਹੇ, ਉਹਨਾਂ ਨੂੰ ਹਿੰਦੀ ਨਹੀਂ ਸੀ ਆਉਂਦੀ। ਜਿਹੜਾ ਚੰਡੀਗੜ੍ਹ ਦਾ ਦੋ ਭਾਸ਼ੀ ਜਿਹੜਾ ਹੈਗਾ ਉਹ ਹੈ, ਇਹਦੇ ਸਾਰੇ ਜਦੋਂ ਇਹ ਬਾਈਫਰਕੇਸ਼ਨ ਹੋਈ ਹੈਗੀ ਹੈ, ਜਿੰਨੇ ਵੀ ਗੌਰਮੈਂਟ ਸਰਵੈਂਟ ਸੀ ਸਾਰਿਆਂ ਨੂੰ ਲਾਜ਼ਮੀ ਸਿੱਖਣੀ ਪੈਂਦੀ ਸੀ ਦੋ ਲੈਂਗੁਏਜ, ਪੰਜਾਬੀ ਵੀ ਅਤੇ ਹਿੰਦੀ ਵੀ। ਇਹ ਹੌਲੀ ਹੌਲੀ ਪਤਾ ਨਹੀਂ ਕੀ ਕਰ ਗਏ, ਮੈਨੂੰ ਕਿਵੇਂ ਘਪਲਾ ਕਰ ਗਏ, ਜੇ ਆਪਾਂ ਲੜਾਂਗੇ ਇਹ ਮਾਮਲਾ ਜਿਹੜਾ ਹੈਗਾ ਹੋਮ ਮਿਨਿਸਟਰੀ ਤੋਂ ਮਗਰ ਸਾਫ ਕਰਨ ਵਾਲਾ। ਤੁਹਾਨੂੰ ਲੱਗਦਾ ਕਿ ਇਹ ਪੂਰੀ ਇੱਕ ਸਿਆਸੀ ਖੇਡ ਸੀਗੀ ਵੀ ਪੰਜਾਬ ਦੇ ਪਿੰਡ ਉਜਾੜ ਦਿਉ, ਚੰਡੀਗੜ੍ਹ ਵਸਾ ਦਿਉ, ਉਸ ਤੋਂ ਬਾਅਦ ਹੌਲੀ ਹੌਲੀ ਪੰਜਾਬੀ ਵੀ ਇੱਥੋਂ ਖਤਮ ਕਰ ਦਾਂਗੇ? ਉਹ ਖੇਡਾਂ ਤਾਂ ਇੱਥੇ ਬਹੁਤ ਖੇਡੀਆਂ ਗਈਆਂ ਨੇ ਭਾਈ, ਖੇਡਾਂ ਤਾਂ ਗਾਂਧੀ ਖੇਲ ਗਿਆ, ਪਾਰਟੀਸ਼ਨ ਹੋਣ ਦੀ ਕਰਨ ਦੀ ਇਹਨਾਂ ਨੂੰ ਪਤਾ ਸੀ ਕਿ ਜੇ ਵੈਸਟ ਜਿਹੜਾ ਹੁਣ ਪਾਕਿਸਤਾਨ ਹੈ ਜਾਂ ਬੰਗਲਾਦੇਸ਼ ਹੈਗਾ, ਜੇ ਸਾਰੇ ਰਹੇ ਤਾਂ ਇਹਨਾਂ ਦੀ ਵੋਟਿੰਗ ਇਹ ਕਿੱਥੇ ਜਾਂਦੇ ਫਿਰ? ਤੁਸੀਂ ਕੀ ਕਹਿਣਾ ਚਾਹੋਗੇ ਜੀ ਪੰਜਾਬੀ ਭਾਸ਼ਾ ਨੂੰ ਲੈ ਕੇ ਚੰਡੀਗੜ੍ਹ 'ਚ? ਕੀ ਲੱਗਦਾ ਕਿ ਪੰਜਾਬੀ ਨੂੰ ਅਣਗੌਲਿਆ ਕੀਤਾ ਜਾ ਰਿਹਾ, ਚੰਡੀਗੜ੍ਹ 'ਚੋਂ ਖਤਮ ਕੀਤੀ ਜਾ ਰਹੀ ਹੈ ਪੰਜਾਬੀ? ਪੰਜਾਬੀ ਨਾਲ ਧੱਕਾ ਹੋ ਰਿਹਾ, ਬਿਲਕੁਲ 100% ਧੱਕਾ ਹੋ ਰਿਹਾ। ਇਹ ਪਾਰਟ ਹੈ ਪੰਜਾਬ ਦਾ, ਜਦੋਂ ਵਾਈਫਰਕੇਸ਼ਨ ਹੋਈ ਹੈ ਇੱਥੇ ਪੰਜਾਬ ਦੇ ਪਿੰਡੇ ਸੀ ਜਿਹੜੇ ਠਾਲੇ ਹੈ, ਪੰਜਾਬ ਦੇ ਪੰਜਾਬੀ ਇੱਥੋਂ ਗਏ ਹੈਗੇ ਹੈ, ਪੰਜਾਬ ਦੀ ਰਾਜਧਾਨੀ ਬਣਾਈ ਸੀ ਇਹ, ਤਾਂ ਪੰਜਾਬੀ ਤਾਂ ਲਾਜ਼ਮੀ ਹੈ, ਜੇ ਪੰਜਾਬ 'ਚ ਲਾਜ਼ਮੀ ਤਾਂ ਉਹਦੀ ਰਾਜਧਾਨੀ 'ਚ ਲਾਜ਼ਮੀ ਕਿਉਂ ਨਹੀਂ ਹੈ? ਲਾਜ਼ਮੀ ਹੋਣੀ ਚਾਹੀਦੀ ਹੈ, ਜਦ ਤੱਕ ਲਾਜ਼ਮੀ ਨਹੀਂ ਹੁੰਦੀ ਹੈ ਧੱਕਾ ਹੀ ਧੱਕਾ, ਸਾਡੇ ਬੱਚਿਆਂ ਨਾਲ ਧੱਕਾ, ਸਾਡੇ ਇੰਪਲਾਈ ਦੇ ਨਾਲ ਧੱਕਾ, ਸਾਡੇ ਦੁਕਾਨਦਾਰਾਂ ਨਾਲ ਧੱਕਾ, ਸਭ ਦੇ ਨਾਲ ਧੱਕਾ।
ਤੁਹਾਨੂੰ ਲੱਗਦਾ ਕਿ ਇਸ ਤਰੀਕੇ ਪੰਜਾਬ ਦੇ ਲੋਕਾਂ ਨੂੰ, ਪੰਜਾਬੀ ਬੋਲਣ ਵਾਲੇ ਲੋਕਾਂ ਨੂੰ ਵੱਡੇ ਪੱਧਰ ਤੇ ਲਾਮਬੰਦ ਹੋਣਾ ਚਾਹੀਦਾ, ਖਾਸ ਤੌਰ ਤੇ ਜਿਹੜੇ ਸਾਡੇ ਸਿਆਸੀ ਲੀਡਰ ਨੇ ਉਹਨਾਂ ਦੇ ਖਿਲਾਫ, ਤਾਂ ਕਿ ਉਹ ਸਾਡੀ ਆਵਾਜ਼ ਚੱਕ ਸਕਣ? ਦੇਖੋ ਗੱਲ ਇਹ ਹੈ, ਜਿਹੜੇ ਸਾਡੇ ਲੀਡਰ ਹੈਗੇ ਆ, ਹੁਣ ਲੀਡਰ ਸਾਡੇ ਨਾਲ ਵਾਅਦਾ ਕਰ ਜਾਂਦੇ ਆ, ਮੁੜ ਕੇ ਆਉਂਦੇ ਨਹੀਂ। ਇਹ ਤਾਂ ਇਸ ਤਰ੍ਹਾਂ ਵੀ ਇਹਨਾਂ ਨਾਲ ਤਾਂ ਬਾਈਕਾਟ ਕਰਨਾ ਪਏਗਾ ਜਦੋਂ ਇਲੈਕਸ਼ਨਾਂ ਹੋਣਗੀਆਂ, ਫਿਰ ਇਹ ਲੋਟ ਆਉਣਗੇ, ਅਦਰਵਾਈਜ਼ ਲੋਟ ਨਹੀਂ ਆਉਂਦੇ। ਅੱਜ ਕੱਲ੍ਹ ਦੇ ਜਿਹੜੇ ਲੀਡਰ ਹੈਗੇ ਆ, ਇਹਨਾਂ ਦੀ ਜ਼ਮਾਨਤ ਹੈ ਹੀ ਨਹੀਂ। ਹੁਣ ਕੁਛ ਕਹਿੰਦੇ, ਘੜੀ ਤਾਂ ਕੁਛ ਕਹਿੰਦੇ ਆ। ਆਹ ਜਿਹੜੀ ਗੌਰਮੈਂਟ ਹੈ ਸਾਡੇ ਨਾਲ ਧੱਕਾ ਹੀ ਕਰ ਰਹੀ ਹੈ, 100% ਧੱਕਾ ਹੋ ਰਿਹਾ, ਸੈਂਟਰ 100% ਧੱਕਾ ਕਰ ਰਿਹਾ। ਅਸੀਂ ਤਾਂ ਇਹ ਕਹਿਣਾ ਚਾਹੁੰਦੇ ਜੀ, ਇੱਕ ਤਾਂ ਸਾਡੇ ਪਿੰਡ ਆ ਗਿਆ, ਪੰਚਾਇਤਾਂ ਖੋਲੀਆਂ ਗਈਆਂ, ਨਾ ਪੰਚ ਰਿਹਾ ਨਾ ਸਰਪੰਚ ਰਿਹਾ, ਇੱਕ ਸਾਡੇ ਸਾਰੇ ਜਿੰਨੇ ਵੀ ਯੂਟੀ ਦੇ ਪਿੰਡ ਹੈ, ਸਾਡੇ ਪਿੰਡਾਂ ਦੀ ਨਾਲ ਕਲੋਨੀਆਂ ਲਾਤੀਆਂ, ਪਿੰਡ ਦੇ ਸਰਪੰਚ ਨਹੀਂ, ਕੋਈ ਪੰਚ ਨਹੀਂ ਹੈ, ਕੋਈ ਪਿੰਡਾਂ ਦੀ ਸੁਣਾਈ ਨਹੀਂ ਹੈਗੀ, ਪਿੰਡਾਂ ਦਾ ਬਹੁਤ ਬੁਰਾ ਹਾਲ ਹੈ, ਇੱਕ ਪਿੰਡ ਨਰਕ ਬਣਾ ਦੇ, ਜਿੰਨੇ ਪਿੰਡ ਯੂਟੀ ਚੰਡੀਗੜ੍ਹ ਦੇ, ਇਹ ਸਾਡੇ ਨਰਕ ਬਣਾ ਦੇ ਇਹਨਾਂ ਨੇ, ਇਹ ਸਾਡੇ ਨਾ ਤਾਂ ਪੰਚ ਹੈ ਨਾ ਸਰਪੰਚ ਹੈ, ਦੂਆ ਬੰਦਾ ਬਾਹਰ ਦਾ ਆ ਕੇ ਰਾਜ ਕਰ ਰਿਹਾ, ਜਿਹੜੇ ਇੱਥੇ ਦੇ ਉਹਦੀ ਰਾਜਨੀਤੀਆਂ ਖੋਲੀਆਂ। ਅਸੀਂ ਇਹ ਕਹਿਣਾ ਚਾਹੁੰਦੇ, ਸਾਡੇ ਪਿੰਡ ਲੈ ਲਏ ਨੇ ਚੰਡੀਗੜ੍ਹ ਦੇ ਵਿੱਚ, ਲੈ ਘਰ ਪਿਛੇ ਮੇਰੇ ਪਏ ਲੈ ਲਏ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਸਾਡੇ ਪਿੰਡ ਜਿਤਨਾ ਪਹਿਲਾਂ ਸੁੰਦਰ ਤੇ ਚੰਡੀਗੜ੍ਹ ਦੇ, ਉਤਰਾ ਸਾਡੇ ਸੁੰਦਰ ਹੋਣੇ ਚਾਹੀਦੇ। ਸਾਡੇ ਪਿੰਡਾਂ ਦਾ ਹਾਲ ਦੇਖੋ ਕਿਆ ਗਾ, ਪਿੰਡ ਖੋਲੇ, ਜ਼ਮੀਨਾਂ ਖੋਲੀਆਂ, ਅਤੇ ਹੁਣ ਲੱਗਦਾ ਵੀ ਭਾਸ਼ਾ ਵੀ ਖੋਲਣਗੇ, ਭਾਸ਼ਾ ਵੀ ਖੋਲਣਗੇ, ਅਸੀਂ ਜਾਊਂਗੇ ਕਿੱਥੇ, ਫਿਰ ਸਾਡੇ ਉਹੀ ਇੱਥੇ ਤਾਂ ਕੱਢ ਦਵੇ, ਇਹ ਨਹੀਂ ਕਹਿੰਦੇ ਹੋਏ। ਸਰ ਤੁਸੀਂ ਕੀ ਕਹਿਣਾ ਚਾਹੋਗੇ ਸਰ, ਕਿਹੜਾ ਇੱਥੇ ਪੰਜਾਬੀ ਨੂੰ ਲੈ ਕੇ ਸੰਘਰਸ਼ ਹੋ ਰਿਹਾ, ਕੀ ਕਹਿਣਾ ਚਾਹੋਗੇ ਵੀ ਚੰਡੀਗੜ੍ਹ 'ਚ ਪੰਜਾਬੀ ਨੂੰ ਇੰਨੇ ਵੱਡੇ ਪੱਧਰ 'ਤੇ ਕਿਉਂ ਅਣਗੌਲਿਆ ਕੀਤਾ ਜਾ ਰਿਹਾ? ਅਣਗੌਲਿਆ ਐਵੇਂ ਕੀਤਾ ਜਾ ਰਿਹਾ ਜੀ, ਵੀ ਪੰਜਾਬੀ ਨੂੰ ਇਹ ਖੋਣਾ ਚਾਹੁੰਦੇ ਪੰਜਾਬੀਆਂ ਕੋਲੋਂ, ਸਕੂਲਾਂ ਦੇ ਵਿੱਚ ਪੰਜਾਬੀ ਬੰਦ ਕੀਤੀ ਜਾ ਰਹੀ ਹੈ ਅਤੇ ਉੱਥੇ ਇੰਗਲਿਸ਼ ਸ਼ੁਰੂ ਕੀਤੀ ਜਾ ਰਹੀ ਹੈ। ਇਹਦੇ ਵਿੱਚ ਇਹ ਹੈ ਵੀ ਜਿਹੜੇ ਸਾਡੇ ਬੱਚੇ ਹੈ, ਆਉਣ ਵਾਲੀ ਜਨਰੇਸ਼ਨ ਹੈ, ਇਹ ਜੋ ਧਾਰਮਿਕ ਗ੍ਰੰਥ ਹੈ, ਧਾਰਮਿਕ ਕਿਤਾਬਾਂ ਹੈ, ਯੋਧਿਆਂ ਦੀਆਂ ਕਿਤਾਬਾਂ ਹੈ, ਇਹ ਪੜ੍ਹ ਨਾ ਸਕਣ, ਇਹ ਉਸ ਤੋਂ ਉਹਨੂੰ ਦੂਰ ਕੀਤਾ ਜਾ ਰਿਹਾ। ਹੁਣੇ ਤੁਸੀਂ ਅਖਬਾਰਾਂ ਦੇ ਵਿੱਚ ਪੜ੍ਹ ਰਹੇ ਹਾਂ ਕਿ ਦਰਬਾਰ ਸਾਹਿਬ ਦੇ ਵਿੱਚ ਉਹ ਬੁੱਤ ਹੈ ਜਿਹੜੇ ਉਹਦੇ ਕੋਰੀਡੋਰ ਦੇ ਵਿੱਚ, ਉਹ ਭੰਗੜੇ ਦੇ ਲਾ ਤੇ, ਗਿੱਧੇ ਦੇ ਲਾ ਤੇ, ਉੱਥੇ ਯੋਧਿਆਂ ਦੇ ਵੀ ਲੱਗਦੇ ਹਾਂ, ਸੁੱਖਾ ਸਿੰਘ ਮਹਤਾਬ ਸਿੰਘ ਦੇ ਲੱਗ ਸਕਦੇ ਹਾਂ, ਅਤੇ ਆਪਣੇ ਗਰਜਾ ਸਿੰਘ ਬੋਤਾ ਸਿੰਘ ਦੇ ਲੱਗ ਸਕਦੇ ਹਾਂ, ਜਿਨ੍ਹਾਂ ਨੇ ਉਹਨਾਂ ਨੂੰ ਬਚਾਉਣ ਲਈ ਕੰਮ ਕੀਤਾ। ਇਹ ਸਾਰਾ ਇਹ ਚਾਲ ਹੈ, ਇਹ ਵੱਡੀ ਲੰਬੀ ਚਾਲ ਹੈ ਜਿਹੜਾ ਪੰਜਾਬੀ ਤੋਂ ਦੂਰ ਕੀਤਾ ਜਾ ਰਿਹਾ, ਕਿ ਆਪਣੇ ਜਿਹੜਾ ਸਿੱਖ ਇਤਿਹਾਸ ਹੈ, ਗੁਰੂ ਗ੍ਰੰਥ ਸਾਹਿਬ ਕੋਈ ਪੜ੍ਹ ਨਹੀਂ ਸਕੇਗਾ ਆਉਣ ਵਾਲੇ ਸਮੇਂ ਦੇ ਵਿੱਚ, ਜੋ ਅੱਜ ਬੱਚੇ ਅੰਗਰੇਜ਼ੀ ਪੜ੍ਹ ਰਹੇ ਹੈ, ਉਹ ਗੁਰੂ ਗ੍ਰੰਥ ਸਾਹਿਬ, ਜਪਜੀ ਸਾਹਿਬ, ਗੁਟਕੇ ਸਾਡੇ ਜਿਹੜੇ ਹੈਗੇ ਆ, ਉਹ ਨਹੀਂ ਪੜ੍ਹ ਸਕਣਗੇ। ਉਹ ਸਾਰਾ ਇਸ ਤੋਂ ਦੂਰ ਕੀਤਾ ਜਾ ਰਿਹਾ ਇਹਨਾਂ ਨੂੰ। ਇਸ ਲਈ ਪੰਜਾਬੀ ਨੂੰ ਬਚਾਉਣ ਲਈ ਜੋ ਸੰਘਰਸ਼ ਕੀਤਾ ਜਾ ਰਿਹਾ, ਇਹ ਬੜਾ ਲਾਭਦਾਇਕ ਹੈ ਜੋ ਚੰਡੀਗੜ੍ਹ ਮੰਚ ਪੰਜਾਬੀ ਮੰਚ ਲੈ ਕੇ ਚੱਲਿਆ, ਪਰ ਜਿਹੜੀ ਜਨਤਾ ਹੈ ਉਹ ਹੌਲੀ ਹੌਲੀ ਜੁੜਦੀ ਜਾ ਰਹੀ ਹੈ। ਪਹਿਲਾਂ ਘੱਟ ਘੱਟ ਹੁੰਦਾ ਸੀ, ਇਹ ਤੀਜੀ ਚੌਥੀ ਰੈਲੀ ਹੈ, ਉਹਦੇ ਵਿੱਚ ਘੱਟ ਹੁੰਦਾ ਸੀ, ਅੱਜ ਜ਼ਿਆਦਾ। ਇਸ ਲਈ ਸੁਚੇਤ ਹੋ ਰਹੇ ਹਨ ਲੋਕ, ਮਸਲਾ ਦੇਣ ਦੀ ਆਵਾਜ਼ ਦੇਣ ਦੀ। ਮਸਲਾ ਪੰਜਾਬੀਆਂ ਦੇ ਵਿੱਚ ਵੱਡੇ ਪੱਧਰ 'ਤੇ ਹੋ ਗਿਆ ਕਿ ਉਹ ਪੰਜਾਬੀ ਨੂੰ ਘੱਟ ਸਮਝਦੇ ਆ, ਬੱਚਿਆਂ ਨੂੰ ਰੁਜ਼ਗਾਰ ਦਿਵਾਉਣ ਦੀ ਜਦੋਂ ਗੱਲ ਆਉਂਦੀ ਹੈ ਜਾਂ ਬੱਚਿਆਂ ਨੂੰ ਇੱਕ ਸਟੇਟਸ ਸਿੰਬਲ ਦੇ ਤੌਰ 'ਤੇ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਕਿ ਅੰਗਰੇਜ਼ੀ ਸਟੇਟਸ ਦਾ ਸਿੰਬਲ, ਭਾਸ਼ਾ ਬਣੀ ਹੋਈ ਹੈ, ਅਤੇ ਲੋਕ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਉਂਦੇ ਨੇ, ਪੰਜਾਬੀ ਤੋਂ ਤਾਂ ਖੁਦ ਲੋਕ ਦੂਰ ਕਰ ਰਹੇ ਨੇ ਆਪਣੇ ਬੱਚਿਆਂ ਨੂੰ। ਹਾਂ, ਤੁਹਾਡਾ ਸਵਾਲ ਠੀਕ ਹੈ। ਹਰ ਇੱਕ ਜਿਹੜੀ ਕੰਟਰੀ ਹੈ, ਹਰ ਇੱਕ ਕੋਈ ਦੇਸ਼ ਹੈ, ਉਹ ਆਪਣੇ ਆਪਣੇ ਭਾਸ਼ਾ ਜ਼ਰੂਰ ਸਿਖਾਉਂਦਾ ਹੈ। ਪਹਿਲਾਂ ਮੋਢਲੀ ਤੌਰ 'ਤੇ ਆਪਣੀ ਭਾਸ਼ਾ ਸਿਖਾਉਂਦਾ, ਫਿਰ ਦੂਜੀਆਂ ਭਾਸ਼ਾਵਾਂ ਦਾ ਗਿਆਨ ਕਰਦਾ ਕਿ ਉਹ ਗਿਆਨ ਉੱਥੇ ਵੰਡ ਸਕੇ, ਆਪਣੇ ਅੱਗੇ ਵੀ ਜਾਣਾ, ਉਹਨੇ ਕਿਸੇ ਹੋਰ ਸਟੇਟਾਂ ਦੇ ਵਿੱਚ, ਕੰਟਰੀਆਂ ਦੇ ਵਿੱਚ ਕੰਮ ਕਰਨਾ, ਉੱਥੇ ਉਹਦੇ ਕੰਮ ਆ ਸਕੇ। ਇਹ ਨਹੀਂ ਅਸੀਂ ਰੋਕਦੇ ਕਿ ਅੰਗਰੇਜ਼ੀ ਵੀ ਪੜ੍ਹਾਈ ਜਾਵੇ, ਹਿੰਦੀ ਵੀ ਪੜ੍ਹਾਈ ਜਾਵੇ, ਹੋਰ ਵੀ ਭਾਸ਼ਾਵਾਂ ਜਿੰਨੀਆਂ ਵੀ ਹੈ, ਜਿੰਨੀ ਜਾਣਕਾਰੀ ਕੋਈ ਹਾਸਲ ਕਰ ਸਕੇ ਉਨੀ ਹੋਣੀ ਚਾਹੀਦੀ ਹੈ, ਪਰ ਆਪਣੀ ਜਿਹੜੀ ਪੰਜਾਬੀ ਭਾਸ਼ਾ ਹੈ, ਉਹ ਮੁੱਢਲੀ ਭਾਸ਼ਾ ਹੈ ਸਾਡੀ, ਉਹ ਜ਼ਰੂਰ ਆਪਣੀ ਹੋਣੀ ਚਾਹੀਦੀ ਹੈ, ਤਾਂ ਕਿ ਉਹ ਆਪਣੇ ਜਿਹੜਾ ਆਪਣਾ ਲਿਟਰੇਚਰ ਹੈ ਉਹ ਤਾਂ ਪੜ੍ਹ ਸਕੇ। ਹਾਂ, ਰੁਜ਼ਗਾਰ ਦੇ ਤੌਰ 'ਤੇ ਬੰਦੇ ਨੇ ਹੋਰ ਸਟੇਟਾਂ 'ਚ ਜਾਣਾ, ਹੋਰ ਕੰਟਰੀਆਂ 'ਚ ਜਾਣਾ,
ਉੱਥੇ ਜਾ ਕੇ ਲੋੜ ਹੈ, ਭਾਸ਼ਾਵਾਂ ਜਿੰਨੀਆਂ ਸਿੱਖੋ ਉਹ ਤੋਂ ਵੱਧ ਸਿੱਖਣੀਆਂ ਚਾਹੀਦੀਆਂ, ਪਰ ਆਪਣੀ ਮਾਤ ਭਾਸ਼ਾ ਤੋਂ ਦੂਰ ਨਹੀਂ ਹੁੰਦਾ। ਤੁਸੀਂ ਦੇਖਿਆ ਹੋਣਾ ਬਾਹਰ ਸਟੇਟਾਂ ਦੇ ਵਿੱਚ ਜਾਓ, ਹੋਰ ਕੰਟਰੀਆਂ ਦੇ ਵਿੱਚ ਜਾਓ, ਉੱਥੇ ਉਹਨਾਂ ਨੇ ਆਪਣੇ ਆਪਣੇ ਜਿਹੜੇ ਬੋਰਡ ਹੈ ਉਹ ਆਪਣੀ ਭਾਸ਼ਾ ਦੇ ਵਿੱਚ, ਤਾਮਿਲ ਦੀ ਭਾਸ਼ਾ, ਮਰਾਠੀ ਭਾਸ਼ਾ, ਗੁਜਰਾਤੀ ਭਾਸ਼ਾ ਦੇ ਵਿੱਚ ਲਿਖੇ ਹੋਏ ਹੁੰਦੇ ਆ, ਪਰ ਉਹ ਆਪਣੇ ਜਿਹੜੀ ਭਾਸ਼ਾ ਉਹਨੂੰ ਭੁੱਲਦੇ ਨਹੀਂ ਹੈ। ਇਸ ਕਰਕੇ ਸਾਡੇ ਸਟੇਟਾਂ ਨੂੰ ਵੀ ਇਹ ਪੰਜਾਬੀ ਨੂੰ ਭੁਲਾਉਣਾ ਨਹੀਂ ਚਾਹੀਦਾ, ਇਹਨੂੰ ਸਿਖਾਉਣਾ ਚਾਹੀਦਾ। ਅੰਗਰੇਜ਼ੀ ਵੀ ਸਿੱਖੋ, ਹਿੰਦੀ ਵੀ ਸਿੱਖੋ, ਹੋਰ ਭਾਸ਼ਾ ਜਿੰਨੀਆਂ ਵੱਧ ਸਿੱਖੋ, ਪਰ ਮਾਤ ਭਾਸ਼ਾ ਨੂੰ ਦੂਰ ਨਹੀਂ ਕਰਨਾ ਚਾਹੀਦਾ। ਭਾਈ ਤੁਹਾਡਾ ਕੀ ਨਾਮ ਹੈ, ਕੁਝ ਕਹਿਣਾ ਚਾਹੋਗੇ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਸਰ, ਗੱਲ ਇਹਨਾਂ ਦੀਆਂ ਸਾਰਿਆਂ ਦੀਆਂ ਜੋ ਵੀ ਨੇ ਚੰਗੀਆਂ ਨੇ ਆਪਣੇ ਆਪਣੇ ਵਿਚਾਰ ਤਜੁਰਬੇ ਨਾਲ, ਮੈਂ ਕੁਛ ਇਸ ਚੀਜ਼ ਨੂੰ ਇੱਕ ਤਰ੍ਹਾਂ ਦੇ ਦੋ, ਜੇ ਤੁਸੀਂ ਸੁਣਨਾ ਚਾਹੋ ਤਾਂ ਦੋ ਗੀਤ ਅਲਫਾਜ਼ਾਂ ਵਿੱਚ ਇਹਨੂੰ ਮੈਂ ਬਿਆਨ ਕਰਨਾ ਚਾਹਾਂਗਾ ਜੋ ਸਾਡੇ ਇਸ ਟਾਈਮ ਹਾਲਾਤ ਨੇ, ਕਾਰਨ ਨੇ। ਉਹ ਕਾਰਨ ਕੀ ਨੇ, ਚਲੋ ਜ਼ਮੀਨਾਂ ਨਹੀਂ ਨੇ ਜਾਂ ਜਿਵੇਂ ਵੀ ਨੇ, ਬਾਅਦ ਦੀ ਗੱਲ ਹੈ, ਪਰ ਇਹਦੇ ਹਾਲਾਤ ਦੇ ਕਾਰਨ ਦਾ ਹੱਲ ਵੀ ਕੀ ਹੈ ਅਤੇ ਕੀ ਹੈ ਮੈਂ ਦੋ ਪੰਕਤੀਆਂ ਵਿੱਚ ਬਿਆਨ ਕਰਨਾ ਚਾਹਾਂਗਾ। ਪਿੰਡ ਵਿੱਚ ਬੈਠਾ ਰੋਵੇ ਰੱਬ ਓਏ, ਪਿੰਡ ਵਿੱਚ ਬੈਠਾ ਰੋਵੇ ਰੱਬ ਓਏ, ਆ ਅੱਖੀਂ ਵੇਖ ਲੈ, ਵਿਸਰ ਗਏ ਨੇ ਸਾਨੂੰ, ਵਿਸਰ ਗਏ ਨੇ ਸਾਨੂੰ ਤੱਥ ਓਏ, ਆ ਅੱਖੀਂ ਵੇਖ ਲੈ। ਤੁਹਾਨੂੰ ਲੱਗਦਾ ਕਿ ਪੰਜਾਬੀਆਂ ਨੂੰ ਹੁਣ ਵੱਡੇ ਪੱਧਰ 'ਤੇ ਇਕੱਤਰ ਹੋਣ ਦੀ ਲੋੜ ਹੈ ਜੇ ਪੰਜਾਬੀ ਬਚਾਉਣੀ ਹੈ ਤਾਂ? ਸਾਨੂੰ ਪਹਿਲਾਂ ਪਿੰਡ ਦੇ ਵਿੱਚ ਆਪਣੇ ਇਲਾਕਿਆਂ ਦੇ ਵਿੱਚ ਹੀ ਕੁਛ ਇਸ ਤਰ੍ਹਾਂ ਦਾ ਕਾਰ ਕਰਨਾ ਚਾਹੀਦਾ ਜਿਸ ਦੇ ਨਾਲ ਅਸੀਂ ਅੱਗੇ ਵੱਧ ਸਕੀਏ। ਅਸੀਂ ਪਿੰਡ ਦੇ ਵਿੱਚ ਸ਼ਹਿਰ ਵਰਗੇ ਇਲਾਕੇ ਵਸਾ ਲਏ ਨੇ, ਸਾਨੂੰ ਪਿੰਡ ਦੇ ਵਿੱਚ ਪਿੰਡ ਵਰਗਾ ਸਿਸਟਮ ਵਸਾਉਣਾ ਪਵੇਗਾ, ਤਾਂ ਅਸੀਂ ਸ਼ਾਇਦ ਅੱਗੇ ਵੱਧ ਸਕਦੇ ਹਾਂ, ਜਿੰਨੀ ਕੁ ਮੇਰੀ ਸੋਚ ਇਹ ਕਹਿੰਦੀ ਹੈ। ਬਹੁਤ ਬਹੁਤ ਧੰਨਵਾਦ ਭਾਈ ਸਾਡੇ ਨਾਲ ਗੱਲਬਾਤ ਕਰਨ ਲਈ। ਸੋ ਬਹੁਤ ਸਾਰੇ ਲੋਕਾਂ ਨਾਲ ਗੱਲ ਅਸੀਂ ਕੀਤੀ ਹੈ, ਅੱਗੇ ਵੀ ਗੱਲਬਾਤ ਜਾਰੀ ਰੱਖਾਂਗੇ। ਕਹਿਣਾ ਇਹ ਸਭ ਦਾ ਕਿ ਚੰਡੀਗੜ੍ਹ ਕਿਉਂਕਿ ਪੰਜਾਬ ਦੇ ਪਿੰਡਾਂ ਦੇ ਸਿਰ 'ਤੇ ਵਸਾਇਆ ਗਿਆ, ਇਸ ਲਈ ਪਹਿਲ ਦੇ ਆਧਾਰ ਦੇ ਉੱਤੇ ਇੱਥੇ ਪਹਿਲੀ ਭਾਸ਼ਾ ਜਿਹੜੀ ਹੈ ਪੰਜਾਬੀ ਹੋਣੀ ਚਾਹੀਦੀ ਹੈ, ਪਰ ਅੰਗਰੇਜ਼ੀ ਜਿਹੜੀ ਹੈ ਉਹ ਜ਼ਬਰਦਸਤੀ ਇੱਥੇ ਲਾਗੂ ਕੀਤੀ ਗਈ ਹੈ, ਇਸੇ ਦੇ ਖਿਲਾਫ਼ ਉਹ ਆਪਣਾ ਸੰਘਰਸ਼ ਕਰ ਰਹੇ ਨੇ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਾਂਗੇ, ਬ੍ਰੇਕ ਤੋਂ ਬਾਅਦ ਹੋਰ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਵਿਕਤਵਾ ਤੁਹਾਡਾ ਸਵਾਗਤ ਹੈ ਜੀ। ਪੰਜਾਬ ਬੋਲਦਾ ਦੇ ਵਿੱਚ ਗੱਲ ਅਸੀਂ ਅੱਜ ਪੰਜਾਬੀ ਮਾਂ ਬੋਲੀ ਦੀ ਕਰ ਰਹੇ ਹਾਂ। ਚੰਡੀਗੜ੍ਹ ਦੇ ਵਿੱਚ ਸੈਕਟਰ 17 ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਇੱਕ ਵੱਡੇ ਪੱਧਰ 'ਤੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਮੰਗ ਇਹ ਕੀਤੀ ਜਾ ਰਹੀ ਹੈ ਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਅਤੇ ਨਾਲ ਹੀ ਪ੍ਰਸ਼ਾਸਕੀ ਭਾਸ਼ਾ ਦੇ ਤੌਰ ਦੇ ਉੱਤੇ ਦਰਜਾ ਦਿੱਤਾ ਜਾਵੇ। ਬਹੁਤ ਸਾਰੀਆਂ ਜਥੇਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ, ਬਹੁਤ ਸਾਰੇ ਨੌਜਵਾਨ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਉਹ ਕੀ ਕੁਝ ਕਹਿਣਾ ਚਾਹੁੰਦੇ ਨੇ। ਕੀ ਨਾਮ ਭਾਈ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਪਰਮਿੰਦਰ ਸੰਧੂ ਹੈ ਜੀ। ਪਰਮਿੰਦਰ ਜੀ, ਕੀ ਕਹਿਣਾ ਚਾਹੋਗੇ ਇੱਥੇ ਤੁਸੀਂ ਮੁਜ਼ਾਹਰੇ ਦੇ ਵਿੱਚ ਸ਼ਾਮਿਲ ਹੋਏ ਹੋ, ਪੰਜਾਬੀ ਭਾਸ਼ਾ ਨੂੰ ਲੈ ਕੇ ਕੀ ਕੁਝ ਮੰਗਾਂ ਨੇ ਅਤੇ ਕਿਉਂ ਤੁਸੀਂ ਚਾਹੁੰਦੇ ਹੋ ਕਿ ਪੰਜਾਬੀ ਜਿਹੜੀ ਹੈ ਉਹ ਪਹਿਲੀ ਭਾਸ਼ਾ ਦੇ ਤੌਰ 'ਤੇ ਚੰਡੀਗੜ੍ਹ 'ਚ ਲਾਗੂ ਹੋਣੀ ਚਾਹੀਦੀ ਹੈ? ਦੇਖੋ ਜੀ, ਜਿਹੜਾ ਵੀ ਇਹ ਚੰਡੀਗੜ੍ਹ ਸ਼ਹਿਰ ਸਥਾਪਿਤ ਹੋਇਆ, ਇਹ ਪਿੰਡਾਂ ਨੂੰ ਮਰਜ ਕਰਕੇ ਚੰਡੀਗੜ੍ਹ ਸ਼ਹਿਰ ਬਣਾਇਆ ਸੀਗਾ ਕਿਸੇ ਟਾਈਮ 'ਚ, ਅਤੇ ਅਸੀਂ ਚਾਹੁੰਦੇ ਕਿ ਵੀ ਪੰਜਾਬੀ ਜਿਹੜੀ ਸਾਡੀ ਮਾਂ ਬੋਲੀ ਪੰਜਾਬੀ ਭਾਸ਼ਾ ਇਹ ਅਲੋਪ ਹੋ ਰਹੀ ਹੈ, ਅਸੀਂ ਕਹਿੰਦੇ ਵੀ ਇਹਨਾਂ ਨੂੰ ਦੁਬਾਰਾ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੀ ਨਵੀਂ ਜਨਰੇਸ਼ਨ ਹੈ ਸਾਡੇ ਬੱਚੇ ਨੇ ਸਕੂਲਾਂ ਦੇ ਵਿੱਚ, ਉਹਨਾਂ ਨੂੰ ਹਿੰਦੀ ਅਤੇ ਇੰਗਲਿਸ਼ ਪੜ੍ਹਾਇਆ ਜਾ ਰਿਹਾ, ਉਹ ਬਿਲਕੁਲ ਵਿਸਾਰ ਰਹੇ ਨੇ ਆਪਣੀ ਪੰਜਾਬੀ ਨੂੰ। ਅਸੀਂ ਕਹਿੰਦੇ ਵੀ ਜਿਹੜੇ ਵੀ ਇੱਥੇ ਲੋਕਲ ਕੰਮ ਹੁੰਦੇ ਨੇ ਪ੍ਰਸ਼ਾਸਕੀ ਤੌਰ 'ਤੇ, ਉਹ ਵੀ ਪੰਜਾਬੀ ਭਾਸ਼ਾ 'ਚ ਲਿਖੇ ਜਾਣ ਤਾਂ ਕਿ ਲੋਕਾਂ ਨੂੰ ਆਰਾਮ ਨਾਲ ਉਹ ਪੜ੍ਹਿਆ ਜਾਵੇ ਅਤੇ ਨਾਲ ਹੀ ਸਮਝਿਆ ਜਾ ਸਕੇ ਉਸਨੂੰ। ਤੁਹਾਨੂੰ ਕੀ ਲੱਗਦਾ ਕਿ ਚੰਡੀਗੜ੍ਹ 'ਚ ਇਸ ਤਰੀਕੇ ਦਾ ਵਿਤਕਰਾ ਕਿਉਂ ਹੋ ਰਿਹਾ, ਜਦੋਂ ਸਾਨੂੰ ਪਤਾ ਹੈ ਕਿ ਚੰਡੀਗੜ੍ਹ ਨੂੰ ਵਸਾਇਆ ਹੀ ਪੰਜਾਬ ਦੇ ਪਿੰਡਾਂ 'ਚ ਸਿਰ 'ਤੇ ਗਿਆ ਸੀ, ਤਾਂ ਹੁਣ ਤੱਕ ਜਿਹੜਾ ਹੈ ਇੰਨੇ ਸਾਲਾਂ ਦੇ ਵਿੱਚ ਇਸ ਤਰੀਕੇ ਪੰਜਾਬੀ ਜਿਹੜੇ ਨੇ ਉਹ ਫੇਲ ਕਿਉਂ ਰਹੇ ਨੇ ਪੰਜਾਬੀ ਨੂੰ ਇਹ ਦਰਜਾ ਦਿਵਾਉਣ ਦੇ ਵਿੱਚ? ਸਰ, ਇਹ ਫੇਲ ਇਸ ਲਈ ਰਹੇ ਨੇ ਕਿ ਜਿਹੜੇ ਵੀ ਬਾਹਰੋਂ ਇੱਥੇ ਹਰਿਆਣਾ ਕੈਡਰ ਦੇ ਅਤੇ ਹੋਰ ਅਦਰ ਸਟੇਟ ਤੋਂ ਕੈਡਰ ਦੇ ਬੜੇ IAS ਆਫਿਸਰ ਆ ਰਹੇ ਨੇ, ਉਹ ਅਲੱਗ ਅਲੱਗ ਭਾਸ਼ਾ ਤੋਂ ਬਿਲੋਂਗ ਕਰਦੇ ਨੇ, ਠੀਕ ਹੈ ਨਾ, ਅਤੇ ਉਹ ਚਾਹੁੰਦੇ ਹਾਂ ਕਿ ਵੀ ਸਾਡੀ ਭਾਸ਼ਾ ਨੂੰ ਪਹਿਲਾਂ ਪ੍ਰੈਫਰ ਕੀਤਾ ਜਾਵੇ, ਤਾਂ ਹੀ ਆਪਣੀ ਜਿਹੜੀ ਪੰਜਾਬੀ ਉਹ ਚੰਡੀਗੜ੍ਹ ਸ਼ਹਿਰ 'ਚ ਵਿਸਰਦੀ ਜਾ ਰਹੀ ਹੈ। ਗੱਲ ਦੱਸੋ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਆ ਕੇ ਤੁਸੀਂ ਮੁਜ਼ਾਹਰੇ ਕਰ ਰਹੇ ਹੋ, ਕਹਿ ਰਹੇ ਹੋ ਕਿ ਪੰਜਾਬੀ ਪਹਿਲੀ ਭਾਸ਼ਾ ਦੇ ਤੌਰ 'ਤੇ ਲਾਗੂ ਹੋਵੇ,
ਪਰ ਪੰਜਾਬ 'ਚ ਅਸੀਂ ਵੇਖ ਰਹੇ ਹਾਂ ਕਿ ਲੋਕ ਆਪਣੇ ਬੱਚਿਆਂ ਨੂੰ ਕੋਨਵੈਂਟ ਸਕੂਲਾਂ ਦੇ ਵਿੱਚ ਲਾ ਰਹੇ ਹੈ, ਅੰਗਰੇਜ਼ੀ ਭਾਸ਼ਾ ਚਾਹੁੰਦੇ ਨੇ ਕਿ ਉਹ ਸਿੱਖਣ, ਬੱਚੇ ਆਈਲੈਟਸ ਕਰਕੇ ਬਾਹਰ ਜਾ ਰਹੇ ਨੇ। ਤੁਹਾਨੂੰ ਲੱਗਦਾ ਹੈ ਕਿ ਚੰਡੀਗੜ੍ਹ ਦੇ ਨਾਲੋਂ ਇੱਕ ਵੱਡਾ ਕ੍ਰਾਈਸਿਸ ਪੰਜਾਬ ਦੇ ਵਿੱਚ ਹੈ ਭਾਸ਼ਾ ਨੂੰ ਲੈ ਕੇ? ਹਾਂ ਸਰ, ਇਹ ਤਾਂ ਹੈਗਾ, ਹੁਣ ਅਨਇੰਪਲੋਇਮੈਂਟ ਹੈ, ਇੱਥੇ ਰੁਜ਼ਗਾਰ ਨਹੀਂ ਹੈਗਾ, ਪੜ੍ਹੇ ਲਿਖੇ ਲੋਕ ਫ੍ਰੀ ਫਿਰ ਰਹੇ, ਤਾਂ ਹੀ ਫਿਰ ਲੋਕ ਹੁਣ ਆਈਲੈਟਸ ਕਰਕੇ ਨੇ ਬਾਹਰ ਜਾ ਰਹੇ ਨੇ, ਇਹ ਵੀ ਇੱਕ ਵੱਡਾ ਕਾਰਨ ਹੈ ਜੀ। ਤੁਹਾਨੂੰ ਦੱਸ ਦਈਏ ਕਿ ਕੋਈ ਪਹਿਲਾ ਮੁਜ਼ਾਰਾ ਨਹੀਂ ਹੈ, ਬੜੇ ਲੰਬੇ ਸਮੇਂ ਤੋਂ ਮੰਗ ਜਿਹੜੀ ਹੈ ਚੰਡੀਗੜ੍ਹ ਦੇ ਵਿੱਚ ਉੱਠਦੀ ਰਹੀ ਹੈ, ਅਤੇ ਇੱਕ ਵਾਰੀ ਮੁੜ ਤੋਂ ਇਸ ਮੰਗ ਨੂੰ ਪੂਰਾ ਕਰਵਾਉਣ ਦੇ ਲਈ ਸੰਘਰਸ਼ ਜਿਹੜਾ ਵੱਖ ਵੱਖ ਜਥੇਬੰਦੀਆਂ ਦੇ ਵੱਲੋਂ ਇੱਥੇ ਸ਼ੁਰੂ ਕੀਤਾ ਗਿਆ। ਸਾਡੇ ਨਾਲ ਪ੍ਰੋਫੈਸਰ ਮਨਜੀਤ ਮੌਜੂਦ ਨੇ ਜੋ ਕਿ ਇੱਥੇ ਪਹੁੰਚੇ ਹੋਏ ਨੇ, ਇਸ ਦੇ ਵਿੱਚ ਮੁਜ਼ਾਰੇ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਰ, ਇਹ ਦੱਸੋ ਕਿ ਲੰਬੇ ਸਮੇਂ ਤੋਂ ਇਹ ਮੰਗ ਉੱਠ ਰਹੀ ਹੈ, ਤੁਸੀਂ ਇਹ ਦੱਸੋ ਕਿ ਇਹਦੇ ਵਿੱਚ ਕਮੀ ਤੁਹਾਨੂੰ ਕਿੱਥੇ ਨਜ਼ਰ ਆਉਂਦੀ ਹੈ, ਅਤੇ ਹੁਣ ਤੱਕ ਜਿਹੜਾ ਪ੍ਰਸ਼ਾਸਨ ਹੈ, ਚੰਡੀਗੜ੍ਹ ਪ੍ਰਸ਼ਾਸਨ ਹੈ ਜਾਂ ਸਾਡੇ ਜਿਹੜੇ ਸਿਆਸੀ ਨੁਮਾਇੰਦੇ ਨੇ, ਇਹਦੇ ਵਿੱਚ ਉਹਨਾਂ ਦੀ ਕੀ ਢਿਲਮਠ ਹੈ? ਬਿਲਕੁਲ, ਇਹ ਤੇ ਅਸਲ ਵਿੱਚ ਦੋਹਰਾ ਤੱਕਾ ਸਾਡੇ ਨਾਲ। ਪਹਿਲਾਂ ਤਾਂ ਜਦੋਂ 1966 ਦੇ ਵਿੱਚ ਇੰਨੀ ਪੰਜਾਬੀ ਸੂਬੇ ਦੀ ਲੜਾਈ ਤੋਂ ਬਾਅਦ ਤੁਸੀਂ ਜੇ ਸੂਬਾ ਦੇ ਦਿੱਤਾ ਤਾਂ ਉਹਨੂੰ ਰਾਜਧਾਨੀ ਕਿਉਂ ਨਹੀਂ ਦਿੱਤੀ? ਜੇ ਰਾਜਧਾਨੀ ਤੁਸੀਂ ਸਾਂਝੀ ਬਣਾ ਹੀ ਦਿੱਤੀ ਹੈ ਤਾਂ ਘੱਟੋ ਘੱਟ ਉਹਦੇ 'ਚ ਸਾਡੀ ਰਾਜਧਾਨੀ ਸੀ, ਇਹ ਪੰਜਾਬ ਦੀ ਰਾਜਧਾਨੀ ਸੀ, ਤਾਂ ਤੁਸੀਂ ਉਹ 'ਚ ਪੰਜਾਬੀ ਨਹੀਂ ਰੱਖੋਗੇ? ਇਹ ਪੰਜਾਬ ਦੇ ਪਿੰਡ ਉੱਜੜੇ ਆ, ਇੱਥੋਂ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਆ, ਸਾਰੇ ਪਿੰਡਾਂ ਦੇ ਜਿਹੜੇ ਇੱਥੇ ਜਿਹੜੇ ਲੋਕ ਉੱਜੜ ਕੇ ਨੇੜੇ ਤੇੜੇ ਦੇ ਪਿੰਡਾਂ 'ਚ ਜਾ ਕੇ ਵਸੇ, ਉਹ ਸਾਰੇ ਤਖਤੀਆਂ ਫੜ ਕੇ ਮੁਜ਼ਾਹਰਾ ਕਰਨ ਆਏ ਹੋਏ ਅੱਜ, ਅਤੇ ਇਹ ਹੱਦ ਹੋ ਗਈ ਆ ਕਿ ਤੁਸੀਂ ਆ ਕੇ ਦਿੱਲੀ ਦੇ ਮਿਨਿਸਟਰ ਰਾਜਨਾਥ ਸਿੰਘ ਜਾਂ ਕੋਈ ਵੀ ਮਿਨਿਸਟਰ ਆਉਂਦੇ ਆ ਕੇ ਕਹਿੰਦੇ ਨਹੀਂ ਜੀ ਇੱਥੇ ਤਾਂ ਹਿੰਦੀ ਰਹੂਗੀ, ਕਿਉਂਕਿ ਇੱਥੇ ਆ ਕੇ ਸਿੱਧਾ ਦਿੱਲੀ ਦਾ ਰਾਜ ਕਰ ਦਿੱਤਾ, ਪੰਜਾਬ ਦਾ ਤਾਂ ਰਾਜ ਇੱਥੇ ਹੈ ਹੀ ਨਹੀਂ ਹੁਣ। ਇਸ ਕਰਕੇ ਜਿਹੜੀ ਇਹ ਲੜਾਈ ਆ, ਤੁਸੀਂ ਜਿਹੜੀ ਰਾਜਨੀਤਿਕ ਲੋਕਾਂ ਵਾਲੀ ਗੱਲ ਕਹਿੰਦੇ ਆ, ਬਿਲਕੁਲ ਇਹ ਸਹੀ ਗੱਲ ਆ ਕਿ ਅੱਜ ਤੱਕ ਦੁਨੀਆ ਦੇ ਵਿੱਚ ਹੀ ਭਾਸ਼ਾ ਜੇ ਕੋਈ ਬਚੀ ਆ ਤਾਂ ਰਾਜਨੀਤਿਕ ਬੈਕਅਪ ਦੇ ਨਾਲ ਬਚੀ ਆ, ਰਾਜਨੀਤਿਕ ਲੋਕਾਂ ਦੀ ਸ਼ਕਤੀ ਨਾਲ ਬਚੀ ਆ। ਜੇ ਅੱਜ ਸਾਰੀ ਦੁਨੀਆ ਦੇ ਵਿੱਚ ਲੋਕ ਅੰਗਰੇਜ਼ੀ ਅੰਗਰੇਜ਼ੀ ਕਰ ਰਹੇ ਹੈਗੇ ਆ, ਹਰ ਸਾਰੀ ਦੁਨੀਆ 'ਚ ਅੰਗਰੇਜ਼ੀ ਐਡੀ ਵੱਡੀ ਫੈਲੀ ਕਿਉਂਕਿ ਉਹਨਾਂ ਨੇ ਆਪਣੀ ਸਾਰੀ ਅੰਗਰੇਜ਼ਾਂ ਨੇ ਸਲਤਨਤ ਫੈਲਾਈ ਸੀਗੀ, ਇਹੀ ਇਸੇ ਤਰੀਕੇ ਨਾਲ ਸਾਡੀਆਂ ਰਾਜਨੀਤਿਕ ਪਾਰਟੀਆਂ ਬਿਲਕੁਲ ਬੇਮੁੱਖ ਆ ਇਹਨਾਂ ਗੱਲਾਂ ਦੇ ਉੱਤੋਂ, ਭਾਵੇਂ ਕਾਂਗਰਸ ਹੋਵੇ ਭਾਵੇਂ ਅਕਾਲੀ ਦਲ ਹੋਵੇ, ਬੀਜੇਪੀ ਨੇ ਤਾਂ ਕਰਨਾ ਹੀ ਕੀ ਆ। ਇਸ ਕਰਕੇ ਇਹ ਉਹਨਾਂ ਨੂੰ ਵੀ ਸੀਰੀਅਸਲੀ ਲੈਣਾ ਚਾਹੀਦਾ, ਨਹੀਂ ਤਾਂ ਜਿਹੜੇ ਆਹ ਜਨਤਾ ਜਨਰਦਨ ਹੈਗੇ ਆ, ਜਿਨ੍ਹਾਂ ਦੀ ਬੋਲੀ 'ਤੇ, ਜਿਨ੍ਹਾਂ 'ਤੇ ਸੱਭਿਆਚਾਰ 'ਤੇ, ਜਿਨ੍ਹਾਂ 'ਤੇ ਸੰਸਕਾਰ 'ਤੇ, ਇੱਕ ਜਿਨ੍ਹਾਂ ਦੀ ਆਤਮਾ 'ਤੇ ਵੱਡਾ ਹਮਲਾ ਆ, ਉਹ ਕਦੀ ਚੁੱਪ ਨਹੀਂ ਬਹਿਣਗੇ। ਅਸੀਂ ਅੱਜ ਫੈਸਲਾ ਲੈਣ ਵਾਲੇ ਹਾਂ ਕਿ ਆਉਣ ਵਾਲੇ ਸਮੇਂ 'ਚ ਇਹ ਡਿਸਾਈਸਿਵ ਬੈਟਲ ਹੋਊਗੀ, ਇਹ ਵੱਡੇ ਪੱਧਰ 'ਤੇ ਲੜਾਈ ਲੜੀ ਜਾਊਗੀ। ਸਾਡੇ ਨਾਲ ਦੀਪਕ ਜੀ ਵੀ ਮੌਜੂਦ ਨੇ, ਚੰਡੀਗੜ੍ਹ ਪੰਜਾਬੀ ਮੰਚ ਨੂੰ ਦੇ ਮੈਂਬਰ ਵੀ ਨੇ ਅਤੇ ਨਾਲ ਦੀ ਨਾਲ ਪੱਤਰਕਾਰ ਵੀ ਨੇ, ਉਹਨਾਂ ਦੇ ਨੂੰ ਜਾਣਨ ਦੀ ਕੋਸ਼ਿਸ਼। ਦੀਪਕ, ਇਹ ਦੱਸੋ ਕਿ ਚੰਡੀਗੜ੍ਹ ਦੇ ਵਿੱਚ ਇਹ ਸੰਘਰਸ਼ ਕਿਉਂ ਹੈ, ਕਿਉਂ ਕਿਉਂ ਇਸ ਤਰੀਕੇ ਦੀ ਤੁਹਾਨੂੰ ਲੱਗਦਾ ਕਿ ਚੰਡੀਗੜ੍ਹ ਦੇ ਵਿੱਚ ਇਹ ਚੀਜ਼ ਲਾਗੂ ਹੋਣੀ ਚਾਹੀਦੀ ਹੈ ਕਿ ਪੰਜਾਬ ਤਾਂ ਖੁਦ ਪੰਜਾਬੀ ਭਾਸ਼ਾ ਨੂੰ ਲੈ ਕੇ ਕ੍ਰਾਈਸਿਸ ਦਾ ਸਾਹਮਣਾ ਕਰ ਰਹੇ ਹਾਂ? ਦੇਖੋ, ਪੰਜਾਬ ਦੇ ਵਿੱਚ ਬੇਸ਼ੱਕ ਆਪਣੇ ਆਪ 'ਚ ਇੱਕ ਸਮੱਸਿਆ ਬਣੀ ਹੋਈ, ਚਾਹੇ ਵੋਟਾਂ ਦਾ ਮਸਲਾ ਹੋਵੇ, ਚਾਹੇ ਦਫ਼ਤਰਾਂ ਦਾ ਮਸਲਾ ਹੋਵੇ, ਚਾਹੇ ਸਕੂਲਾਂ ਦਾ ਮਸਲਾ ਹੋਵੇ, ਪਰ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ। ਜਦੋਂ 1 ਨਵੰਬਰ 1966 ਨੂੰ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਵਜੋਂ ਸਾਹਮਣੇ ਆਉਂਦਾ ਤਾਂ ਰਾਤੋਂ ਰਾਤ ਇਹਦੀ ਭਾਸ਼ਾ ਪੰਜਾਬੀ ਤੋਂ ਬਦਲ ਕੇ ਅੰਗਰੇਜ਼ੀ ਕਰ ਦਿੱਤੀ ਜਾਂਦੀ ਹੈ। ਕਮਾਲ ਹੈ, ਪੰਜਾਬ ਦੇ 28 ਪਿੰਡ ਉਜਾੜ ਕੇ ਤੁਸੀਂ ਸ਼ਹਿਰ ਵਸਾਇਆ ਹੋਵੇ, ਅੱਜ ਵੀ 25 ਪਿੰਡ ਇਸ ਸੈਕਟਰਾਂ ਦੇ ਵਿੱਚ ਔਖੇ ਸਾਹ ਲੈ ਰਹੇ ਨੇ, ਪਰ ਇਹਦਾ ਮਤਲਬ ਇਹ ਥੋੜ੍ਹਾ ਕਿ ਇਸ ਖਿੱਤੇ ਦੀ ਭਾਸ਼ਾ ਹੀ ਬਦਲ ਦਊਂਗੇ। ਅਸਲ ਦੇ ਵਿੱਚ ਦਿੱਲੀ ਸਰਕਾਰ ਦੇ ਉੱਤੇ ਜਿਹਨੇ ਜਿਹਨੇ ਵੀ ਰਾਜ ਕੀਤਾ, ਦਿੱਲੀ ਦੇ ਉੱਤੇ ਜਿਹਦਾ ਜਿਹਦਾ ਵੀ ਕਬਜ਼ਾ ਰਿਹਾ, ਚੰਡੀਗੜ੍ਹ ਤੋਂ ਸਮੇਂ ਸਮੇਂ ਜਿਹੜੇ ਵੀ ਸੰਸਦ ਮੈਂਬਰ ਬਣੇ ਉਹਨਾਂ ਸਾਰਿਆਂ ਨੇ ਗਾਹੇ ਬਗਾਏ ਗੱਲ ਤਾਂ ਕੀਤੀ। ਪਵਨ ਬਾਂਸਲ ਹੋਰੀ ਹਰ ਵਾਰ ਕਹਿ ਦਿੰਦੇ ਆ ਕਿ ਮੈਂ ਸਹੁੰ ਪੰਜਾਬੀ ਚੱਕਦਾ ਰਿਹਾ ਜੀ, ਬੀਬੀ ਕਰਨ ਖੇਰ ਮਾਣ ਨਾਲ ਕਹਿੰਦੀ ਆ ਕਿ ਮੈਂ ਪੰਜਾਬੀ ਹਾਂ, ਇੱਥੋਂ ਜਿੰਨੀਆਂ ਪਾਰਟੀਆਂ ਦੇ ਨੁਮਾਇੰਦੇ ਚੁਣ ਕੇ ਜਾਂਦੇ ਰਹੇ ਸਾਰੇ ਪੰਜਾਬੀ ਸੀ, ਪਰ ਫਿਰ ਵੀ ਪੰਜਾਬ ਦੀ ਰਾਜਧਾਨੀ ਨੂੰ ਆਪਣੀ ਹੀ ਬੋਲੀ ਦਾ ਅਧਿਕਾਰ ਨਹੀਂ, ਦੇਸ਼ ਦੇ ਵਿੱਚ ਇਸ ਰੋਕਣਾ ਚਾਹੂੰਗਾ। ਜਿੱਥੋਂ ਤੱਕ ਰਾਜਧਾਨੀ ਦਾ ਮਸਲਾ ਹੈ, ਅਕਤੂਬਰ 2019 ਦੇ ਵਿੱਚ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਕੇਸ ਲੱਗਿਆ ਹੋਇਆ, ਇੱਥੋਂ ਦੇ ਇੱਕ ਵਕੀਲ ਨੇ ਕੇਸ ਪਾਇਆ ਹੋਇਆ ਹੈ, ਉਹਦੇ ਵਿੱਚ ਪੰਜਾਬ ਸਰਕਾਰ ਜਵਾਬ ਦਿੰਦੀ ਹੈ ਕਿ ਇਹਦੇ ਉੱਤੇ ਯੂਟੀ ਜਿਹੜਾ ਇੱਕ ਇੰਡੀਪੈਂਡੈਂਟ ਸਟੇਟਸ ਰੱਖਦਾ ਹੈ, ਤਾਂ ਉਹ ਰਾਜਧਾਨੀ ਨੂੰ ਲੈ ਕੇ ਵੀ ਇੱਕ ਵੱਡਾ ਮਸਲਾ ਹੈ। ਪਹਿਲਾਂ ਤਾਂ ਇਹੀ ਗੱਲ ਹੈ ਕਿ ਰਾਜਧਾਨੀ ਹੈ ਜਾਂ ਨਹੀਂ ਹੈ। ਬਿਲਕੁਲ, ਇਹੀ ਤਾਂ ਵੱਡਾ ਦਰਦ ਹੈ ਕਿ ਸਿਆਸੀ ਆਪਣੀਆਂ ਵੋਟਾਂ ਦੇ ਹਿੱਤਾਂ ਨੂੰ ਲੱਗਦਾ ਕਿ ਚੰਡੀਗੜ੍ਹ 'ਚ ਵੱਸਦਾ ਜਿਹੜਾ ਪੰਜਾਬੀ ਹੈ ਉਹਦੀ ਸਾਨੂੰ ਪੰਜਾਬ 'ਚ ਵੋਟ ਦੀ ਲੋੜ ਨਹੀਂ, ਇਸ ਲਈ ਉਹ ਚੰਡੀਗੜ੍ਹ ਤੋਂ ਵੀ ਹੁਣ ਦਰਕਨਾਰ ਹੋ ਰਿਹਾ। ਪਰ ਇਹ ਆਪਣੇ ਆਪ 'ਚ ਸਵਾਲ ਹੈ, ਤੁਸੀਂ ਇੱਕ ਗੱਲ ਹੋਰ ਦੇਖੋ ਕਿ ਹਮੇਸ਼ਾ ਧੋਖਾ ਪੰਜਾਬ ਅਤੇ ਪੰਜਾਬੀਆਂ ਨਾਲ ਹੋਇਆ।
ਜਦੋਂ ਦੇਸ਼ ਵੰਡ ਹੁੰਦਾ 1947 'ਚ, ਕਹਿਣ ਨੂੰ ਭਾਰਤ ਦੀ ਵੰਡ ਹੁੰਦੀ ਹੈ, ਵੰਡ ਪੰਜਾਬ ਅਤੇ ਬੰਗਾਲ ਦੀ ਉਹ ਹੁੰਦੀ ਆ। ਸੋ ਉਸ ਸਮੇਂ ਵੀ ਪੰਜਾਬ ਦੀ ਰਾਜਧਾਨੀ ਲਾਹੌਰ ਸਾਤੋਂ ਖੋਈ ਗਈ, ਫਿਰ ਉਸ ਤੋਂ ਬਾਅਦ ਦੇਸ਼ ਪੰਜਾਬ ਦੀ ਰਾਜਧਾਨੀ ਸ਼ਿਮਲਾ ਬਣਦੀ ਹੈ, ਫਿਰ ਜਦੋਂ ਹਰਿਆਣਾ ਅਤੇ ਹਿਮਾਚਲ ਵੱਖ ਹੋਏ ਫਿਰ ਸਾਤੋਂ ਸ਼ਿਮਲਾ ਪੰਜਾਬ ਦੀ ਰਾਜਧਾਨੀ ਖੋਈ ਗਈ, ਫਿਰ ਉਸ ਤੋਂ ਬਾਅਦ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਬਣਾਉਣ ਦੇ ਨਾਂ 'ਤੇ ਪਿੰਡ ਲਏ ਗਏ ਕਿ ਪੰਜਾਬ ਦੇ ਪਿੰਡ ਇਸ ਲਈ ਉਜਾੜੇ ਜਾ ਰਹੇ ਨੇ, ਲੋਕ ਇਸ ਲਈ ਦਰਸ ਹੈਗੇ ਕਿ ਪੰਜਾਬ ਦੀ ਰਾਜਧਾਨੀ ਉਸ ਰਹੀ ਹੈ, ਅਤੇ ਉਸ ਤੋਂ ਬਾਅਦ ਕਿਹਾ ਗਿਆ ਕਿ ਨਹੀਂ ਹਰਿਆਣੇ ਦੀ ਵੀ ਰਾਜਧਾਨੀ ਹੋ ਗਈ, ਜਦੋਂ ਕਿ ਭਾਰਤੀ ਸੰਵਿਧਾਨ ਦੇ ਅਨੁਸਾਰ ਤੁਸੀਂ ਦੇਖ ਲਓ ਜਿਹੜਾ ਵੀ ਸੂਬਾ ਨਵਾਂ ਬਣੇਗਾ ਉਹ ਨਵੀਂ ਰਾਜਧਾਨੀ ਬਣਾਉਂਦਾ, ਤਾਂ ਹਰਿਆਣਾ ਨਵੀਂ ਰਾਜਧਾਨੀ ਬਣਾਉਂਦਾ ਸਾਨੂੰ ਕੋਈ ਇਤਰਾਜ਼ ਨਹੀਂ ਸੀ, ਪਰ ਹੁਣ ਪੰਜਾਬ ਦੀ ਲੀਡਰਸ਼ਿਪ ਵੀ ਇਸ ਗੱਲ 'ਤੇ ਆ ਗਈ ਕਿ ਹੁਣ ਚੰਡੀਗੜ੍ਹ ਵੀ ਸਾਡਾ ਨਹੀਂ, ਜੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਨਹੀਂ ਦੇਣਾ ਇਹਦਾ ਵੱਖਰਾ ਸਵਾਲ ਹੈ, ਪਰ ਇਹ ਹੈ ਤਾਂ ਪੰਜਾਬੀ ਖਿੱਤਾ ਨਾ, ਅਤੇ ਖਿੱਤੇ ਦੇ ਨਾਤੇ ਇਹਦੀ ਪਹਿਲੀ ਬੋਲੀ ਪੰਜਾਬੀ ਹੋਣੀ ਚਾਹੀਦੀ ਆ, ਸੋ ਇਹੀ ਸਾਡੀ ਲੜਾਈ ਹੈ। ਧੰਨਵਾਦ, ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ ਫਿਲਹਾਲ, ਜਿਹੜੀ ਗੱਲਬਾਤ ਅੱਗੇ ਲਗਾਤਾਰ ਜਾਰੀ ਰੱਖਾਂਗੇ, ਹੋਰ ਬਹੁਤ ਸਾਰੇ ਲੋਕ ਇੱਥੇ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਅਤੇ ਪੰਜਾਬੀ ਭਾਸ਼ਾ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਜੋ ਸੰਘਰਸ਼ ਇਸ ਵੇਲੇ ਕੀਤਾ ਜਾ ਰਿਹਾ, ਉਸ ਦੇ ਵਿੱਚ ਬਹੁਤ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਵੀ ਮੌਜੂਦ ਨੇ, PSU ਲਲਕਾਰ ਤੋਂ ਅਮਨਦੀਪ ਸਾਡਾ ਮੌਜੂਦ ਨੇ। ਅਮਨ, ਕੀ ਜ਼ਰੂਰਤ ਹੈ ਚੰਡੀਗੜ੍ਹ ਦੇ ਵਿੱਚ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ? ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਅਤੇ ਸਭ ਤੋਂ ਵੱਡੀ ਗੱਲ ਵੀ ਇੱਥੋਂ ਦੇ 28 ਪਿੰਡਾਂ ਨੂੰ ਉਜਾੜ ਕੇ ਉਹਨਾਂ ਲੋਕਾਂ ਦੇ ਨਾਲ ਧੋਖਾ ਕੀਤਾ ਗਿਆ, ਉਹਨਾਂ ਨੂੰ ਕਿਹਾ ਗਿਆ ਸੀ ਵੀ ਇੰਨਾ ਉਜਾੜਾ ਝੱਲਣਾ ਪੈਣਾ ਵੀ ਇਹ ਜਿਹੜੀ ਧਰਤੀ ਹੈ ਇੱਥੇ ਜਿਹੜੇ ਪੰਜਾਬ ਦੀ ਰਾਜਧਾਨੀ ਬਣਾਉਣ ਜਾ ਰਹੇ ਆ, ਪਰ ਹੋਇਆ ਕਿ ਇੱਥੋਂ ਪੰਜਾਬੀ ਪਰਾਈ ਕਰਤੀ, ਇੱਥੋਂ ਦੇ ਲੋਕਾਂ ਤੋਂ ਇਹਨਾਂ ਦੀ ਆਪਦੀਆਂ ਜ਼ੁਬਾਨਾਂ ਖੋਲ੍ਹੀਆਂ, ਇੱਕ ਇੱਕ ਕਰਕੇ ਸਾਰੇ ਸਰਕਾਰੀ ਸਕੂਲਾਂ ਵਿੱਚੋਂ ਪੰਜਾਬੀ ਮਾਧਿਅਮ ਖਤਮ ਕਰ ਦਿੱਤਾ ਗਿਆ, ਅਤੇ ਕੋਈ ਪੂਰੇ ਦੇਸ਼ ਦੇ ਵਿੱਚ ਸਟੇਟ ਯੂਟੀ ਇਹੋ ਜਿਹੀ ਨਹੀਂ ਜਿੱਥੇ ਅੰਗਰੇਜ਼ੀ ਆ ਜਿਹੜੀ ਉੱਥੋਂ ਦੀ ਅਫੀਸ਼ੀਅਲ ਭਾਸ਼ਾ, ਸਿਰਫ ਚੰਡੀਗੜ੍ਹ ਦੇ ਨਾਲ ਇਹ ਹੋਇਆ, ਅਤੇ ਲੋਕਾਂ ਦੇ ਨਾਲ ਧੋਖਾ ਹੈ, ਅਤੇ ਇੱਥੋਂ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਆਪਣਾ ਉਹਨਾਂ ਦੀ ਮਾਂ ਬੋਲੀ ਦਾ ਸਤਿਕਾਰ ਮਿਲਣਾ ਚਾਹੀਦਾ, ਇੱਥੇ ਚੰਡੀਗੜ੍ਹ ਦੇ ਵਿੱਚ ਪ੍ਰਸ਼ਾਸਕੀ ਅਤੇ ਪਹਿਲਾ ਦਰਜਾ ਜਿਹੜਾ ਉਹ ਪੰਜਾਬੀ ਨੂੰ ਮਿਲਣਾ ਚਾਹੀਦਾ, ਇਹਨੂੰ ਲੈ ਕੇ ਅੱਜ ਇੱਕ ਹੱਕੀ ਮੰਗ ਹੈ ਜਿਹੜੀ ਲੈ ਕੇ ਅੱਜ ਲੋਕ, ਨੌਜਵਾਨ, ਵਿਦਿਆਰਥੀ ਅਤੇ ਹੋਰ ਲੋਕ ਜਿਹੜੇ ਉਹ ਇਕੱਠੇ ਹੋਏ ਨੇ, ਅਤੇ ਇਹ ਕਿਰਨ ਖੇਰ ਨੇ ਆਪ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ, ਉਸੇ ਵਾਅਦੇ ਨੂੰ ਯਾਦ ਦਿਵਾਉਣ ਦੇ ਲਈ ਅੱਜ ਆਪਾਂ ਇੱਥੇ ਸੰਕੇਤਕ ਇਕੱਠ ਕੀਤਾ ਹੈ, ਅਤੇ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਜੇ ਸਰਕਾਰਾਂ ਇਹ ਆਪਣੇ ਵਾਅਦੇ ਨੂੰ ਪੂਰਾ ਨਹੀਂ ਕਰਦੀਆਂ, ਜੋ ਆਪਾਂ ਨੂੰ ਉਮੀਦ ਹੈ ਨਹੀਂ ਗੀ ਵੀ ਇਹ ਕਰਨਗੀਆਂ। ਇੱਕ ਵੱਡਾ ਸਵਾਲ ਇਹ ਹੈ ਕਿ ਤੁਸੀਂ ਚੰਡੀਗੜ੍ਹ ਦੇ ਵਿੱਚ ਇਕੱਤਰ ਹੋਏ ਹੋ, ਪਰ ਪੰਜਾਬੀ ਤਾਂ ਪੰਜਾਬ ਦੇ ਵਿੱਚ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ, ਲੋਕ ਆਪਣੇ ਜਵਾਕਾਂ ਨੂੰ CBSE ਬੋਰਡ ਦੇ ਵਿੱਚ ਪਾ ਰਹੇ ਆ, ਅੰਗਰੇਜ਼ੀ ਸਿਖਾ ਰਹੇ ਆ, ਆਈਲੈਟਸ ਦੇ ਸਭ ਤੋਂ ਵੱਧ ਸੈਂਟਰ ਪੰਜਾਬ ਦੇ ਵਿੱਚ ਖੁੱਲ੍ਹ ਚੁੱਕੇ ਆ, ਅਤੇ ਜਦੋਂ ਪੰਜਾਬ ਦੇ ਆਪਣੇ ਖਿੱਤੇ ਦੇ ਵਿੱਚ ਹੀ ਲੋਕ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਸਿਖਾਉਣਾ ਚਾਹੁੰਦੇ ਤਾਂ ਚੰਡੀਗੜ੍ਹ ਦੇ ਵਿੱਚ ਕਿੰਨਾ ਸੌਖਾ ਰਹੇਗਾ? ਨਹੀਂ, ਇਹ ਚੁਣੌਤੀ ਹੈ ਪੰਜਾਬ ਦੇ ਵਿੱਚ ਵੀ, ਇੱਥੇ ਵੀ, ਅਤੇ ਸਭ ਤੋਂ ਵੱਡੀ ਗੱਲ ਜਦੋਂ ਅੱਜ ਪੰਜਾਬੀ ਵਿੱਚ ਪੜ੍ਹਨ ਵਾਲੇ ਨੌਜਵਾਨ ਦੇ ਹੱਥਾਂ ਦੇ ਵਿੱਚ ਰੁਜ਼ਗਾਰ ਨਹੀਂ ਹੈ, ਤਾਂ ਇਸੇ ਕਰਕੇ ਮਜਬੂਰੀ ਵਾਸੀ ਹੈ ਵੀ ਇਹ ਸਰਕਾਰਾਂ ਦੀਆਂ ਨੀਤੀਆਂ ਕਰਕੇ ਲੋਕ ਬੱਚਿਆਂ ਨੂੰ ਚਾਹੁੰਦੇ ਨਹੀਂ ਪੰਜਾਬੀ ਪੜ੍ਹਨ। ਜੇ ਨੌਜਵਾਨਾਂ ਨੂੰ ਇੱਥੇ ਹਾਈ ਕੋਰਟ ਹੈ, ਤੁਸੀਂ ਤੁਰ ਜਾਓ ਉੱਥੇ, ਕਿਹੜਾ ਆ ਕੇ ਇੰਗਲੈਂਡ ਤੋਂ ਇੱਥੇ ਕੇਸ ਲੜਨ ਆਉਂਦਾ? ਕਿਉਂ ਅੰਗਰੇਜ਼ੀ ਦੇ ਵਿੱਚ ਕੇਸ ਲੜੇ ਜਾਂਦੇ ਨੇ? ਪੰਜਾਬੀ ਦੇ ਵਿੱਚ ਜੇ ਕੰਮ ਹੁੰਦਾ, ਇੱਥੇ ਮਿੱਤਰ ਸੈਨ ਮੀਤ ਜੀ ਜਾਂ ਹੋਰ ਭਾਸ਼ਾ ਸ਼ਾਸਤਰੀ ਨੇ, ਉਹਨਾਂ ਨੇ ਦੱਸਿਆ ਪੂਰੇ ਅੰਕੜਿਆਂ ਨਾਲ ਵੀ ਜੇ ਇੱਥੇ ਪੰਜਾਬੀ ਲਾਗੂ ਹੁੰਦੀ ਹੈ 40,000 ਨੌਕਰੀਆਂ ਪੰਜਾਬ ਦੇ ਵਿੱਚ ਪੈਦਾ ਹੋਣਗੀਆਂ, ਇਕੱਲੇ ਹਾਈ ਕੋਰਟ ਦੇ ਵਿੱਚ 1500 ਨੌਕਰੀਆਂ ਖੜ੍ਹੇ ਪੈਰ ਉਸੇ ਦਿਨ ਪੈਦਾ ਹੋਣਗੀਆਂ, ਅਤੇ ਜੇ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਬਣਦੀ ਆ ਤਾਂ ਲੋਕ ਵੀ ਆਪਣੇ ਜਵਾਕਾਂ ਨੂੰ ਪੜ੍ਹਾਉਣਗੇ, ਪ੍ਰਫੁੱਲਿਤ ਵੀ ਕਰਨਗੇ। ਇਸੇ ਲਈ ਸਰਕਾਰ ਦੀਆਂ ਨੀਤੀਆਂ ਦਾ ਪਹਿਲੇ ਨੰਬਰ 'ਤੇ ਵਿਰੋਧ, ਦੂਜਾ ਲੋਕਾਂ ਤੱਕ ਵੀ ਲੈ ਕੇ ਜਾਣਾ ਪੈਣਾ ਵੀ ਆਪਣੀਆਂ ਮਾਂ ਬੋਲੀਆਂ ਤੋਂ ਕੱਟ ਕੇ, ਆਪਣੀਆਂ ਜੜ੍ਹਾਂ ਨੂੰ ਵੱਢ ਕੇ ਅਸੀਂ ਦੂਜੀਆਂ ਭਾਸ਼ਾਵਾਂ ਦੇ ਵਿੱਚ ਕੋਈ ਵਿਕਾਸ ਨਹੀਂ ਕਰ ਸਕਦੇ। ਇਸੇ ਲਈ ਪੰਜਾਬ, ਆਪਾਂ ਇਹ ਨਹੀਂ ਕਹਿ ਸਕਦੇ ਚੰਡੀਗੜ੍ਹ ਕੋਈ ਪੰਜਾਬ ਤੋਂ ਅੱਡ ਹੈ, ਇਹ ਪੰਜਾਬ ਦੀ ਰਾਜਧਾਨੀ ਹੈ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਿਆ, ਅਤੇ ਆਸ ਪਾਸ ਦਾ ਜਿੰਨਾ ਇਲਾਕਾ ਜਿਹੜਾ ਖਿੱਤਾ ਉਹ ਸਾਰਾ ਪੰਜਾਬੀ ਬੋਲਦਾ, ਫਿਰ ਇੱਥੇ ਕਿਉਂ ਨਾ ਪੰਜਾਬੀ ਲਾਗੂ ਹੋਵੇ? ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬੀ ਨੂੰ ਲੈ ਕੇ ਜੋ ਸੰਘਰਸ਼ ਚੱਲ ਰਿਹਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਚੱਲ ਰਿਹਾ, ਅਸੀਂ ਚਾਹੁੰਦੇ ਹਾਂ ਵੀ ਪੂਰੇ ਪੰਜਾਬ ਦੇ ਵਿੱਚ ਇਹਨੂੰ ਲੈ ਕੇ ਜਾਈਏ, ਇੱਥੋਂ ਦੇ ਜਿਹੜੇ ਵੱਸਦੇ ਲੋਕਾਂ ਨੇ ਇੱਥੇ ਧੱਕਾ ਹੋਇਆ ਉਹ ਇਸ ਦਰਦ ਨੂੰ ਮਹਿਸੂਸ ਕਰਦੇ ਨੇ, ਅਤੇ ਇਹ ਸੰਘਰਸ਼ ਜਾਰੀ ਰਹੂਗਾ ਜਦੋਂ ਤੱਕ ਲੋਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ, ਲੋਕ ਲੜਦੇ ਰਹਿਣਗੇ ਅਤੇ ਲੋਕਾਂ ਦੀ ਇਸੇ 'ਚ ਜਿੱਤ ਹੋਏਗੀ। ਸਾਡੇ ਨਾਲ ਸੀਨੀਅਰ ਪੱਤਰਕਾਰ ਮੌਜੂਦ ਨੇ, ਸਰ ਤੁਸੀਂ ਦੱਸੋ ਕਿ ਇਹ ਜਿਹੜਾ ਇਸ ਤਰੀਕੇ ਦਾ ਸੰਘਰਸ਼ ਜਿਹੜਾ ਇੱਥੇ ਚੱਲ ਰਿਹਾ ਹੈ,
ਕਿਸ ਤਰੀਕੇ ਦਾ ਪ੍ਰਭਾਵ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਸੰਘਰਸ਼ਾਂ ਦਾ ਪਏਗਾ ਅਤੇ ਚੰਡੀਗੜ੍ਹ ਦੇ ਵਿੱਚ ਪੰਜਾਬੀ ਲਾਗੂ ਕਰਵਾਉਣ ਦੇ ਲਈ ਕਿੰਨੇ ਕੁ ਹੋਰ ਵੱਡੇ ਪੱਧਰ 'ਤੇ ਇਸ ਤਰੀਕੇ ਦੇ ਸੰਘਰਸ਼ ਦੀ? ਦੇਖੋ, ਮੇਰੇ ਯਾਦ ਆ ਜਦੋਂ ਮੈਂ ਪਲੱਸ ਟੂ 'ਚ ਪੜ੍ਹਦਾ ਹੁੰਦਾ ਸੀਗਾ ਉਦੋਂ ਕੇਂਦਰੀ ਪੰਜਾਬੀ ਵਿਲੇਖ ਸਭਾ ਜਿਹੜੀ ਧਰਨਾ ਦਿੰਦੀ ਸੀਗੀ, ਜਗਮੀਤ ਬਰਾੜ ਉੱਧਰ ਮੈਂਬਰ ਆਫ ਪਾਰਲੀਮੈਂਟ ਸੀਗੇ, ਉਦੋਂ ਵੀ ਅਸੀਂ ਧਰਨੇ ਵਿੱਚ ਸ਼ਾਮਿਲ ਹੁੰਦੇ ਆਏ ਆ। ਹੌਲੀ ਹੌਲੀ ਜਿਹੜੇ ਧਰਨੇ ਆ, ਚਾਹੇ ਰੋਸ ਮੁਜ਼ਾਹਰੇ ਆ ਜਾਂ ਇਕੱਠ ਹੁੰਦੇ ਆ, ਵਿਰੋਧ ਪ੍ਰਦਰਸ਼ਨ ਤੁਸੀਂ ਕਰਦੇ ਆ, ਇਹਨਾਂ ਦਾ ਅਸਰ ਹੁੰਦਾ, ਠੀਕ ਆ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਸਿਆਸਤ ਦਾ ਜ਼ਮਾਨਾ, ਵੋਟ ਬੈਂਕ ਦਾ ਜ਼ਮਾਨਾ, ਸਰਕਾਰਾਂ ਦੇਖਦੀਆਂ ਵੀ ਜਦੋਂ ਜਿਹੜਾ ਲੋਕ ਆ ਜਿਹੜਾ ਵੋਟ ਬੈਂਕ ਨੂੰ ਵੱਧ ਪ੍ਰਭਾਵਿਤ ਕਰਦੇ ਆ, ਸਰਕਾਰ ਉਹਨਾਂ ਵੱਲ ਛੇਤੀ ਅਤੇ ਜਲਦੀ ਝੁਕਾਅ ਹੁੰਦਾ, ਉਹਨਾਂ ਗੱਲਾਂ ਨੂੰ ਜਲਦੀ ਮੰਨਿਆ ਜਾਂਦਾ। ਪੰਜਾਬੀ ਨੂੰ ਜਾਣ ਬੁੱਝ ਕੇ ਅਣਗੌਲਿਆ ਕੀਤਾ ਜਾ ਰਿਹਾ ਹੈ। ਪੰਜਾਬੀ ਆ ਜਿਹੜੀ ਇੱਕੋ ਇੱਕ ਪੂਰੇ ਭਾਰਤ ਵਿੱਚ, ਜਿਹੜੀ ਚੰਡੀਗੜ੍ਹ ਇੱਕ ਅਜਿਹੀ ਰਾਜਧਾਨੀ ਆ, ਇੱਕ ਸੂਬੇ ਦੀ, ਵੈਸੇ ਤਾਂ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਆ, ਇੱਕੋ ਇੱਕ ਅਜਿਹੀ ਰਾਜਧਾਨੀ ਆ ਜਿਹਦੇ ਵਿੱਚ ਜਿਹੜੀ ਸੂਬੇ ਦੀ ਰਾਜਧਾਨੀ ਆ ਉਹਨੂੰ ਅਣਗੌਲਿਆ ਕੀਤਾ ਗਿਆ ਹੈ। ਪੰਜਾਬ ਦੇ ਜਿਹੜੇ 28 ਪਿੰਡ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀਗਾ, ਜਦੋਂ ਕਿ ਉੱਥੇ ਦੀ ਜਿਹੜੀ ਮੁੱਖ ਭਾਸ਼ਾ ਉਹ ਪੰਜਾਬੀ ਆ, ਪੰਜਾਬੀ ਨੂੰ ਅਣਗੌਲਿਆ ਕਰਕੇ ਇੱਕ ਸਾਜ਼ਿਸ਼ ਦੇ ਤਹਿਤ ਪੰਜਾਬ ਨੂੰ ਦੂਰ ਕੀਤਾ ਜਾ ਰਿਹਾ। ਹਮੇਸ਼ਾ ਦਾ ਜਿਹੜਾ ਦਿੱਲੀ ਦਾ ਤਖ਼ਤ ਆ ਉਹਨੇ ਪੰਜਾਬ ਦੇ ਨਾਲ ਅਨਿਆਏ ਕੀਤਾ ਹੈ। ਤੁਸੀਂ ਜਦੋਂ ਪਿੱਛੇ ਲੰਬਾ ਇਤਿਹਾਸ ਕਰੋਗੇ, ਚਾਹੇ ਉਹਦੇ 'ਤੇ ਬ੍ਰਿਸ਼ਟ ਰਾਜ ਰਿਹਾ ਚਾਹੇ ਮੁਗਲ ਹਕੂਮਤ ਰਿਹਾ, ਉਹਨਾਂ ਨੇ ਹਮੇਸ਼ਾ ਪੰਜਾਬ ਨੂੰ ਲੁੱਟਿਆ ਕੁੱਟਿਆ। ਇਸੇ ਕਰਕੇ ਹੁਣ ਵੀ ਜਿਹੜੀ ਹੁਣ ਮੌਜੂਦਾ ਦਿੱਲੀ ਸਰਕਾਰ ਆ ਉਹ ਵੀ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਤੋਂ ਇਲਾਵਾ ਕੁਝ ਨਹੀਂ ਕਰ ਰਹੀ। ਇਸ ਕਰਕੇ ਜਿਹੜੇ ਸਮੁੱਚੇ ਪੰਜਾਬੀ ਆ ਉਹਨਾਂ ਨੂੰ ਇਸ ਕਰਕੇ ਖੁੱਲ੍ਹ ਕੇ ਸੜਕਾਂ 'ਤੇ ਆਉਣਾ ਚਾਹੀਦਾ, ਜੇਕਰ ਸਾਡੀ ਮਾਂ ਬੋਲੀ ਨਾ ਬਚੀ ਨਾ ਤਾਂ ਅਸੀਂ ਵੀ ਨਹੀਂ ਬਚਣਾ। ਇਸ ਕਰਕੇ ਇੱਕ ਮੈਂ ਸਵਾਲ ਕਰਨਾ ਚਾਹੂੰਗਾ, ਇੱਕ ਬੀਤੇ ਦਿਨੀ ਹਾਈਕੋਰਟ ਦੇ ਵਿੱਚ ਕੇਸ ਚੱਲ ਰਿਹਾ, ਉਹਦੇ ਵਿੱਚ ਰਾਜਧਾਨੀ ਨੂੰ ਲੈ ਕੇ ਜਵਾਬ ਪੰਜਾਬ ਸਰਕਾਰ ਦਾਖਲ ਕਰਦੀ ਹੈ। ਉਹ ਕਹਿੰਦੀ ਹੈ ਕਿ ਚੰਡੀਗੜ੍ਹ ਦਾ ਆਪਣਾ ਇੱਕ ਇੰਡੀਪੈਂਡੈਂਟ ਸਟੇਟਸ ਹੈ, ਅਤੇ ਜਦੋਂ ਇੱਕ ਸਰਕਾਰ ਹੀ ਇਹ ਗੱਲ ਕਹਿ ਰਹੀ ਹੈ ਕਿ ਰਾਜਧਾਨੀ ਨੂੰ ਲੈ ਕੇ ਹਲੇ ਤੱਕ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ ਕਿ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਜਾਂ ਨਹੀਂ ਹੈ, ਇਹਨੂੰ ਬਹੁਤ ਸਾਰੇ ਲੈ ਕੇ ਸਵਾਲ ਹਜੇ ਤੱਕ ਪੈਦਾ ਹੋਏ ਹੋਏ ਆ। ਤਾਂ ਇਹਦੇ ਵਿਚਾਲੇ ਤਾਂ ਫਿਰ ਜਿਹੜੀ ਲੈਂਗੁਏਜ ਦੀ ਗੱਲ ਜਿਹੜੀ ਹੈ ਤੁਹਾਨੂੰ ਲੱਗਦਾ ਕਿ ਉਹ ਫਿਰ ਉਹ ਬਾਅਦ ਵਿੱਚ ਪਿੱਛੇ ਚਲੀ ਜਾਂਦੀ ਹੈ, ਤਾਂ ਪਹਿਲਾਂ ਤੁਹਾਨੂੰ ਇਹ ਡਿਸਾਈਡ ਕਰਨਾ ਚਾਹੀਦਾ ਕਿ ਰਾਜਧਾਨੀ ਹੈ ਜਾਂ ਨਹੀਂ ਹੈ। ਦੇਖੋ, ਇਹ ਸਾਰੀ ਦੁਨੀਆ ਨੂੰ ਪਤਾ ਹੈ ਵੀ ਸਾਡੀ ਰਾਜਧਾਨੀ ਹੈ ਜਾਂ ਨਹੀਂ ਹੈ, ਪਰ ਇਹਦੇ ਵਿੱਚ ਦੇਖੋ ਦੋਵੇਂ ਸਰਕਾਰਾਂ ਨੇ, ਪੰਜਾਬ ਅਤੇ ਹਰਿਆਣਾ ਨੇ ਕੀ ਕੀਤਾ ਨਾ, ਜਿਹੜੇ ਚੰਡੀਗੜ੍ਹ ਦੇ ਵਿੱਚ ਦਫ਼ਤਰ ਅਤੇ ਪੰਜਾਬ ਦੇ ਦਫ਼ਤਰ ਉਹ ਮੋਹਾਲੀ ਲੈ ਕੇ ਜਾ ਰਹੇ ਆ, ਜਿਹੜੇ ਹਰਿਆਣੇ ਵਾਲੇ ਆ ਉਹ ਮੋਹਾਲੀ ਲੈ ਕੇ ਸੋਰੀ ਪੰਚਕੂਲਾ ਲੈ ਕੇ ਜਾ ਰਹੇ ਨੇ, ਕਿਉਂਕਿ ਕਿਤੇ ਨਾ ਕਿਤੇ ਜਿਹੜਾ ਦਿੱਲੀ ਦਰਬਾਰ ਆ ਉਹਦਾ ਬਹੁਤ ਵੱਡਾ ਇਹਦੇ ਪਰ ਦਬਾਅ ਹੈ ਵੀ ਜਿਹੜਾ ਪੰਜਾਬ ਚੰਡੀਗੜ੍ਹ ਆ ਇਹਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਰਹਿਣ ਦੇ, ਇਹਨੂੰ ਇੱਕ ਅਲੱਗ ਸੂਬਾ ਬਣਾ ਕੇ ਮਤਲਬ ਬਣਾ ਦਿੱਤਾ ਜਾਵੇ, ਇਹਨਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਦਾ ਦੋਵਾਂ ਨੂੰ ਅਲੱਗ ਕਰ ਦੇ। ਇਸੇ ਕਰਕੇ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੀ ਬਿਊਰੋਕ੍ਰੇਸੀ, ਚੰਡੀਗੜ੍ਹ ਦੀ ਬਿਊਰੋਕ੍ਰੇਸੀ ਆ ਜਾਂ ਹਰਿਆਣੇ ਦੀ ਬਿਊਰੋਕ੍ਰੇਸੀ ਆ, ਪੰਜਾਬ ਦੇ ਜਿਹੜੇ ਬਿਊਰੋਕ੍ਰੇਸੀ ਆ ਉਹਨਾਂ ਦੀ ਸਭ ਤੋਂ ਜ਼ਿਆਦਾ ਹੀ ਮਿਲੀ ਭੁਗਤਾ ਇਹ ਇਤਿਹਾਸ ਦੱਸਦਾ, ਮਾਲ ਵਿਭਾਗ ਦਾ ਰਿਕਾਰਡ ਦੱਸਦਾ ਵੀ ਜਿਹੜੇ ਪੰਜਾਬ ਦੇ 28 ਪਿੰਡ ਉਹ ਉਜਾੜ ਕੇ ਚੰਡੀਗੜ੍ਹ ਬਣਾਇਆ ਗਿਆ। ਇਹ ਤੋਂ ਆਪਾਂ ਨੂੰ ਹੋਰ ਕੀ ਆਪਾਂ ਲੱਭ ਸਕਦੇ ਹਾਂ ਨਾ। ਇਸ ਕਰਕੇ ਕਿਤੇ ਨਾ ਕਿਤੇ ਕੇਸ ਨੂੰ ਜਾਣ ਬੁੱਝ ਕੇ, ਜਦੋਂ ਸਰਕਾਰਾਂ ਨੇ ਆਪ ਕੋਈ ਫੈਸਲੇ ਨਹੀਂ ਲੈਣੇ ਹੁੰਦੇ, ਇਹ ਜਾਣ ਬੁੱਝ ਕੇ ਜਿਹੜੇ ਇੱਕ ਅਦਾਲਤਾਂ 'ਤੇ ਛੱਡ ਦਿੱਤਾ ਜਾਂਦਾ, ਬਾਅਦ 'ਚੋਂ ਕਹਿਣ ਯੋਗੇ ਤਾਂ ਹੁਣ ਅਦਾਲਤ ਦਾ ਫੈਸਲਾ, ਅਸੀਂ ਕੀ ਕੀਤੀਏ ਅਦਾਲਤਾਂ 'ਚ ਜਾ ਕੇ, ਕਿਵੇਂ ਕੇਸ ਜਿੱਤੇ ਜਾਂਦੇ ਨੇ, ਕਿਵੇਂ ਹਰਾਏ ਜਾਂਦੇ ਨੇ, ਇਹ ਅੱਜ ਕਿ ਇਹ ਗੱਲ ਕਿਸੇ ਤੋਂ ਲੁਕੀ ਛੁਪ ਨਹੀਂ ਰਹੀ। ਇੱਕ ਵੱਡਾ ਸਵਾਲ ਮੈਂ, ਪੰਜਾਬ ਦਾ ਜਿਹੜਾ ਇਸ ਵੇਲੇ ਦਾ ਇੱਕ ਸਮਾਜਿਕ ਤਾਣਾ ਬਾਣਾ ਬਣਿਆ ਹੋਇਆ, ਸਾਡੇ ਨੌਜਵਾਨ ਆਈਲੈਟਸ ਕਰ ਰਹੇ ਆ, ਅੰਗਰੇਜ਼ੀ ਸਿੱਖਣ ਦੇ ਲਈ ਨੌਜਵਾਨਾਂ ਦੇ ਵਿੱਚ ਇੰਨੀ ਵੱਡੀ ਲਾਲਸਾ ਹੈ ਕਿ ਹਜ਼ਾਰਾਂ ਆਈਲੈਟਸ ਸੈਂਟਰ ਸਾਡੇ ਖੁੱਲ੍ਹ ਚੁੱਕੇ ਆ, ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਲੋਕ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲ 'ਚ ਪਾ ਰਹੇ ਆ, ਉਹ ਚਾਹੁੰਦੇ ਨੇ ਕਿ ਅੰਗਰੇਜ਼ੀ ਸਿੱਖਣ, ਤਾਂ ਜਿਹੜਾ ਇਹ ਸਾਡਾ ਸਮਾਜਿਕ ਤਾਣਾ ਬਾਣਾ ਬਦਲ ਰਿਹਾ, ਲੋਕ ਇਸ ਚੀਜ਼ ਤੋਂ ਦੂਰ ਜਾ ਰਿਹਾ ਖੁਦ ਪੰਜਾਬੀ ਭਾਸ਼ਾ ਤੋਂ, ਉਹ ਤੁਹਾਨੂੰ ਕੀ ਲੱਗਦਾ ਕਿ ਕਿੱਡਾ ਕੁ ਵੱਡਾ ਕ੍ਰਾਈਸਿਸ ਹੈਗਾ ਹੈ ਅਤੇ ਉਹਦੇ ਨਾਲ ਕਿਸ ਤਰੀਕੇ ਨਜਿੱਠਿਆ ਜਾ ਸਕਦਾ? ਦੇਖੋ, ਇਹ ਤੁਹਾਡਾ ਜਿਹੜਾ ਸਵਾਲ ਆ ਬਹੁਤ ਗੰਭੀਰ ਸਵਾਲ ਆ, ਜਿਹੜਾ ਪੰਜਾਬ ਦੀ ਨੌਜਵਾਨ ਪੀੜ੍ਹੀ ਆ ਅੱਜ ਪਲੱਸ ਟੂ ਕਰਨ ਤੋਂ ਬਾਅਦ ਹਰੇਕ ਜਿਹੜਾ ਨੌਜਵਾਨ ਮੁੰਡਾ ਕੁੜੀ ਆ ਉਹਦੀ ਕੋਈ ਇੱਛਾ ਹੈ ਵੀ ਉਹ ਮੈਂ ਪੰਜਾਬ ਨੂੰ ਛੱਡ ਕੇ, ਚਾਹੇ ਉਹ ਕੈਨੇਡਾ ਜਾਵੇ, ਇੰਗਲੈਂਡ ਜਾਵੇ, ਆਸਟ੍ਰੇਲੀਆ ਜਾਵੇ, ਉਹ ਵਿਦੇਸ਼ ਦੇ ਵਿੱਚ ਸੈੱਟ ਹੋਣ ਵੱਲ
ਲੋਚਦਾ ਵੀ ਮੈਂ ਵਿਦੇਸ਼ ਦੇ ਵਿੱਚ ਜਾ ਕੇ ਸੈੱਟ ਹੋਵਾਂ, ਕਿਉਂਕਿ ਪੰਜਾਬ ਦਾ ਜਿਹੜਾ ਸੱਭਿਆਚਾਰਕ ਸਿਸਟਮ ਸੀਗਾ ਜਾਂ ਜੁਆਇੰਟ ਫੈਮਿਲੀ ਸੀਗੀ ਜਾਂ ਇੱਥੇ ਜਿਹੜੀਆਂ ਕਦਰਾਂ ਕੀਮਤਾਂ ਸੀਗੀਆਂ ਕਿਤੇ ਨਾ ਕਿਤੇ ਉਹਦੇ ਵਿੱਚ ਨਿਘਾਰ ਆਇਆ। ਜਿਹੜੀਆਂ ਸਰਕਾਰਾਂ ਉਹਨਾਂ ਨੇ ਜਿਹੜੀ ਨੌਜਵਾਨਾਂ ਦੇ ਹੱਕਾਂ ਵਾਸਤੇ ਪੋਲਸੀਆਂ ਬਣਾਉਣੀਆਂ ਤੀਆਂ, ਉਹ ਪੋਲਸੀਆਂ ਨਹੀਂ ਬਣੀਆਂ, ਕਿਤੇ ਨਾ ਕਿਤੇ ਜਿਹੜਾ ਇੱਥੇ ਦਾ ਸਮਾਜਿਕ ਢਾਂਚਾ ਨਾ, ਸਮਾਜਿਕ ਸਿਸਟਮ ਆ, ਉਹ ਵਿਗੜਿਆ। ਇਸ ਕਰਕੇ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਬਾਹਰ ਵੱਲ ਭੱਜਣ ਵੱਲ ਹੁੰਦੀ ਆ। ਰਹੀ ਗੱਲ ਭਾਸ਼ਾ ਦੀ, ਭਾਸ਼ਾ ਤੁਸੀਂ ਜਿੰਨੀਆਂ ਮਰਜ਼ੀ ਸਿੱਖ ਲਓ, ਸਿੱਖਣੀਆਂ ਵੀ ਚਾਹੀਦੀਆਂ, ਕਿਉਂਕਿ ਜਿੰਨਾ ਚਿਰ ਤੁਸੀਂ ਵੱਧ ਤੋਂ ਵੱਧ ਭਾਸ਼ਾਵਾਂ ਸਿੱਖੋਗੇ ਤੁਹਾਡਾ ਉੱਨੀ ਉਹ ਵਿਅਕਤੀ ਆ ਜਿਹੜਾ ਉਹ ਵਿਕਾਸ ਉਹਦਾ ਵਿਅਕਤੀਗਤ ਵਿਕਾਸ ਉਹਦਾ ਹੋਵੇਗਾ। ਦੂਜੀ ਗੱਲ ਇਹ ਹੈ ਵੀ ਆਪਾਂ ਜਿਹੜੀ ਆਪਣੀ ਮਾਂ ਬੋਲੀ ਆ, ਦੁਨੀਆ ਭਰ ਦੇ ਜਿਹੜੇ ਮਤਲਬ ਪ੍ਰੋਫੈਸਰ ਆ ਜਾਂ ਵਿਗਿਆਨੀ ਆ ਉਹ ਇਸ ਗੱਲ ਨੂੰ ਮੰਨ ਕੇ ਚੱਲਦੇ ਨੇ, ਜਿੰਨਾ ਜਿਹੜਾ ਨੌਜਵਾਨ ਜਾਂ ਬੱਚਾ ਆਪਣੀ ਮਾਤ ਭਾਸ਼ਾ ਦੇ ਵਿੱਚ ਸਿੱਖਦਾ ਉਹ ਦੂਸਰੀ ਭਾਸ਼ਾ ਵਿੱਚ ਨਹੀਂ ਸਿੱਖਦਾ। ਤੁਸੀਂ ਚਾਈਨਾ ਦੇਖ ਲਓ, ਚਾਈਨਾ ਦੇ ਵਿੱਚ ਉਹ ਆਪਣੀ ਉੱਥੇ ਚਾਈਨਾ ਹੀ ਚੱਲਦੇ ਆ, ਉੱਥੇ ਤਾਂ ਅੰਗਰੇਜ਼ੀ ਨਹੀਂ। ਅੱਜ ਦੁਨੀਆ ਦੇ ਵਿੱਚ ਜਿਹੜੀ ਚਾਈਨਾ ਉਹ ਕਿੱਥੇ ਪਹੁੰਚਿਆ, ਰੂਸ ਕਿੱਥੇ ਪਹੁੰਚਿਆ ਹੋਇਆ। ਇਸ ਕਰਕੇ ਜਾਣ ਬੁੱਝ ਕੇ ਅੰਗਰੇਜ਼ੀ ਦਾ ਜਿਹੜੇ ਅਫਸਰ ਆ ਨਾ ਇਹਨੇ ਡਰਾਮਾ ਕੀਤਾ ਹੋਇਆ, ਹੋਰ ਐਡੀ ਕੋਈ ਗੱਲ ਨਹੀਂ। ਠੀਕ ਹੈ, ਇਹ ਭਾਸ਼ਾਵਾਂ ਜਿਹੜੀਆਂ ਸਿੱਖਣੀਆਂ ਚਾਹੀਦੀਆਂ ਵੱਧ ਤੋਂ ਵੱਧ, ਪਰ ਆਪਣੀ ਮਾਂ ਬੋਲੀ ਨੂੰ ਆ ਜਿਹੜਾ ਉਹ ਉਹਨੂੰ ਨਹੀਂ ਅਣਗੌਲਿਆ ਕਰਨਾ ਚਾਹੀਦਾ, ਮਾਂ ਨੇ ਮਾਂ ਰਹਿਣਾ, ਮਾਸੀ ਨੇ ਮਾਸੀ ਰਹਿਣਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸ਼ਬਦ ਸਾਹਿਬ ਗੱਲਬਾਤ ਕਰਨ ਲਈ। ਸੋ ਸਭ ਤੌਰ 'ਤੇ ਵੱਡੇ ਤੌਰ 'ਤੇ ਗੱਲ ਇਹੀ ਕਹਿਣਾ ਕਿ ਤਾਂ ਸਭ ਤੋਂ ਬੁਨਿਆਦੀ ਗੱਲ ਇਹੀ ਸੀ ਕਿ ਚੰਡੀਗੜ੍ਹ ਜਿਹੜਾ ਹੈ ਉਹ ਵਸਿਆ ਪੰਜਾਬ ਦੇ ਸਿਰ ਦੇ ਉੱਤੇ, ਇਸ ਲਈ ਚੰਡੀਗੜ੍ਹ ਦੇ ਵਿੱਚ ਪਹਿਲੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ। ਦੂਜੇ ਪੱਜੇ ਸਮਾਜਿਕ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜੋ ਇੱਕ ਵੱਡਾ ਕ੍ਰਾਈਸਿਸ ਚੱਲ ਰਿਹਾ ਹੈ ਉਹਨੂੰ ਲੈ ਕੇ ਪੰਜਾਬੀਆਂ ਨੂੰ ਖੁਦ ਜਾਗਰੂਕ ਹੋਣਾ ਪਏਗਾ ਕਿ ਮਾਂ ਬੋਲੀ ਨੂੰ ਲੈ ਕੇ ਜਿਹੜਾ ਉਹਨਾਂ ਦੇ ਦਿਮਾਗ 'ਚ ਨਰੇਟਿਵ ਕ੍ਰੀਏਟ ਕੀਤਾ ਜਾ ਰਿਹਾ ਹੈ ਕਿ ਰੁਜ਼ਗਾਰ ਦੀ ਭਾਸ਼ਾ ਨਹੀਂ ਹੈ, ਇਸ ਲਈ ਸਾਡੇ ਬੱਚੇ ਅੰਗਰੇਜ਼ੀ ਸਿੱਖ ਰਹੇ ਨੇ। ਇਸ ਨਰੇਟਿਵ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੀ ਭਾਸ਼ਾ ਦੀ ਅਮੀਰੀ ਨੂੰ ਸਮਝੀਏ ਅਤੇ ਉਸ ਦੇ ਨਾਲ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜੋੜੀਏ। ਅਤੇ ਪੰਜਾਬ ਬੋਲਦਾ ਚੈਨਾ ਹੀ, ਧੰਨਵਾਦ।